ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਅਕਾਲ ਐਡਵਾਈਸ ਬਿਊਰੋ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਅਕਾਲ ਚੈਨਲ ਜਿੱਥੇ ਆਪਾਂ ਰਾਜਨੀਤਿਕ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਜਹੋਰ ਕਿਸਮ ਦੇ ਆਪਾਂ ਪ੍ਰੋਗਰਾਮ ਲਾਉਂਦੇ ਹੁੰਦੇ ਆ ਉੱਥੇ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਆ ਕਿ ਸੰਤਾ ਲਈ ਦਰਸ਼ਕਾਂ ਲਈ ਅਸੀਂ ਇਹੋ ਜਿਹੇ ਪ੍ਰੋਗਰਾਮ ਰੱਖੀਏ ਜਿਹਦੇ ਵਿੱਚ ਉਹਨਾਂ ਨੂੰ ਥੋੜ੍ਹਾ ਗਿਆਨ ਮਿਲੇ ਕਿ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਸੌਖੀ ਕਰ ਸਕਦੇ ਆ ਸੋ ਅੱਜ ਸਾਡਾ ਜਿਹੜਾ ਅੱਜ ਦਾ ਟੌਪਿਕ ਹੈਗਾ ਵਿਲਸ ਫਿਊਨਰ ਪ੍ਰਾਨਿੰਗ ਦਿ ٹرسٹ ਬੋਡੀ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਤੇ ਸਾਡੇ ਨਾਲ ਹਮੇਸ਼ਾ ਰਾਜਪਾਜੀ ਸਾਡੇ ਨਾਲ ਹੁੰਦੇ ਆ ਆਓ ਪਹਿਲਾਂ ਫੱਤੇ ਦੀ ਸਾਂਝ ਪਾਈਏ ਉਹਨਾਂ ਨਾਲ ਤੇ ਫਿਰ ਆਪਾਂ ਕਾਫਲੇ ਨੂੰ ਅੱਗੇ ਵਧਾਦੇ ਆ ਰਾਜਪਾਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਤੇ ਹੈਵ ਯੂ ਬੀਨ ਸਰਫਰ ਹਾਸ ਬੀ ਵੀਕਪੈਨ ਵੀਕ ਦਾ ਬਿਜ਼ੀ ਰਹਾ ਤਾਂ ਕਿ ਉਹਨੂੰ ਇਧਰ ਨਿਆਣੇ ਨਾਲ ਤੇ ਸਾਹਮਣੇ ਨਾਲ ਕੰਮ ਕਰਨਾ ਵੈਦਰ ਵੀ ਵਦਿਆ ਹਾਂਜੀ ਯਾ ਯਾ ਵਧੀਆ ਵਧੀਆ ਫਿਰ ਇਧਰ ਨਿਆਣੇ ਨਾਲ ਬਾਹਰ ਵੀ ਖੇਡਣਾ ਯਾ ਯਾ ਗੁੱਡ ਗੁੱਡ ਬਦਿਆ ਸੋ ਅਮ ਆਈ ਗੈਸ ਵੀਲ ਸਟਾਰਟ ਆਫ ਆਪਾ ਸ਼ੁਰੂ ਕਰਦੇ ਆ ਕਿ ਸਭ ਤੋਂ ਪਹਿਲਾਂ ਆਬਸਲੀ ਯੂ ਨੋ ਸਮ ਟਾਈਮਸ ਵੀ ਗੈਟ ਕਾਲਸ ਐਸ ਵੈਲ ਅਮ ਆਸਕਿੰਗ ਅਬਾਊਟ ਵੈਨ ਯੂ ਆਰ ਗੋਇੰ ਬੀ ਨੈਕਸਟ ਆਟ ਵਰਕ ਗੋਲ ਟੂ ਸੀ ਅ ਜੌਬ ਨੂੰ ਵਾਪਸ ਜਾਣਾ ਸੋ ਵਾਟਸ ਦ ਨਿਊ ਅਪਡੇਟਸ ਵਿਦ ਦੈਟ ਯੈਸ ਆ ਕਿਡ ਦ ਲਾਕਡਾਊਨ ਦ ਕੋਰੋਨਾ ਵਾਇਰਸ ਦਾ ਮੈਂ ਵੀ ਜਿੱਦਾਂ ਟਾਈਮ ਆਫ ਲਿਆ ਅਮ ਯੂ ਨੋ ਆਫ ਫਰੋਮ ਵਰਕ ਬਟ ਫਰੋਮ 8 ਤਰੀਕੇ 8th of ਜੂਨ ਮੈਂ ਤਾਂ ਹੁਣ ਜਿੱਦਾਂ ਫੁੱਲ ਟਾਈਮ ਕੰਮ ਕਰ ਲੈਣਾ ਜਿੱਦਾਂ ਕਈ ਲੋਕ ਕਿਹਾਗੇ ਕਹਿੰਦੇ ਸਾਨੂੰ ਮਿਲਣਾ ਮੈਂ ਕਿਹਾ ਹਲੇ ਤਾਂ ਆ ਨਹੀਂ ਸਕਦਾ ਤਾਂ ਗਵਰਨਮੈਂਟ ਕਹਿੰਦੇ ਆ ਨਹੀਂ ਸਕਦੇ ਹੁਣ ਤਾਂ ਥੋੜੇ ਰਿਲੈਕਸ ਕਰ ਤੇ ਲੋ ਯਾ ਹੋਰ ਫਿਰ 8 ਤਰੀਕ ਤੋਂ ਸ਼ੁਰੂ ਮੈਂ ਤਾਂ ਜਿਹੜੇ ਵੀ ਈਵਿਊ ਜਿਹੜੇ ਦੇਖਦੇ ਆ ਉਹ ਜਿਹਦਾ ਵੀਡੀਓ ਕਾਲ ਨਹੀਂ ਕਰ ਸਕਦੇ ਇਮੇਲ ਨਹੀਂ ਕਰ ਸਕਦੇ ਉਹਨਾਂ ਦੇ ਨੰਬਰ ਹਲੇ ਹੈਗੇ ਆ ਉਹਨਾਂ ਨਾਲ ਕਾਲ ਕਰ ਮੈਂ ਉਹਨਾਂ ਨੂੰ ਆਪਣਿਓ ਬਣਾਉਂਗਾ ਜੀ ਹੁਣੇ ਕਿੰਨਾ ਕਿ ਮੈਂ ਹੁਣ ਜਿੱਦਾਂ 8 ਤਰੀਕ ਤੋਂ ਬਾਅਦ ਮੈਂ ਤੁਹਾਨੂੰ ਫੋਨ ਕਰਾਂਗਾ ਫਿਰ ਅਪੌਇੰਟਮੈਂਟ ਬਣਾਵਾਂਗੇ ਜੀ ਫਿਰ ਫੇਸ ਟੂ ਫੇਸ ਪਰ ਫੇਰ ਵੀ ਜਿੱਦਾਂ ਸੋਸ਼ਲ ਡਿਸਟੈਂਸਿੰਗ ਦਾ ਕਰਨਾ ਪੈਣਾ ਜੇ 2 ਮੀਟਰ ਦਾ ਰੱਖਣਾ ਪਵੇ ਤੁਸੀਂ ਉੱਥੇ ਮੈਂ ਇੱਥੇ ਜਾਂ ਗਾਣੇ ਚੰਸੀ ਗੱਲ ਕਰ ਸਕਦੇ ਆ ਫੇਰ ਵੀ ਜਿੱਦਾਂ ਅਸੀਂ ਇਦਾਂ ਵੀ ਪ੍ਰਕੌਸ਼ਨ ਲੈਣ ਪੈਣਾ ਹੈ ਸੋ ਸਾਨੂੰ ਲਫਟ ਕਿਪ ਆਲ ਦਾ ਪ੍ਰੋਕਾਸ਼ਨਸ ਆਬ ਆਵਿਸੀ ਸਰਕਾਰੀ ਹਦਾਇਤਾਂ ਦੇ ਮੁਤਾਬਕ ਸਾਨੂੰ ਜਿਹੜਾ ਚੱਲਣਾ ਪੈਣਾ ਇਹ ਵੀ ਨਹੀਂ ਆ ਕਿ ਅਸੀਂ ਜਿਹੜਾ ਆਪਣੇ ਮਰਮੜ ਜੀ ਵੀ ਨਹੀਂ ਕਰ ਸਕਦੇ ਆ ਜਿੱਦਾਂ ਦੇ ਸਰਦਾਰੀ ਸਰਕਾਰੀ ਹਦਾਇਤਾਂ ਆ ਉਹਦੇ ਹਿਸਾਬ ਨਾਲ ਸਾਨੂੰ ਜਿਹੜਾ ਚੱਲਣਾ ਪੈਣਾ ਸੋ ਰਾਜਪਾਈ ਜੀ ਆਪਾਂ ਸ਼ੁਰੂ ਕਰੀਏ ਤਾਂ ਡੋਨਰਸ ਅੱਜਕੱਲ ਡੋਨਰਸ ਦਾ ਬਹੁਤ ਕਾਫੀ ਜਿੱਦਾਂ ਚੱਕਰ ਪਿਆ ਹੋਇਆ ਕਿ ਲੋਕੀ ਕਹਿੰਦੇ ਕਿ ਅਪਡੋਨਿੰਗ ਦੇਣੀ ਆ ਕਈ ਹੁਣ ਕਹਿੰਦੇ ਆ ਕਿ ਸਰਕਾਰਾਂ ਨੇ ਕੰਪਲਸਰੀ ਕਰ ਦੇਣਾ ਸੋ ਇਹਦੇ ਬਾਰੇ ਤੁਹਾਡੀ ਕੀ ਜਾਣਕਾਰੀ ਹੈਗੀ ਆ ਦਾ ਜਦੋਂ 20 ਤਰੀਕ ਹੋਣੀ ਗਈ 20th ਮਈ ਗਵਰਨਰ ਨੇ ਹੁਣ ਸਾਰਾ ਰੂਲ ਚੇਂਜ ਕਰਤਾ ਜੀ ਉਹ ਕਹਿੰਦੇ ਹੁਣ ਸਾਰੇ ਡੋਨਰ ਲਿਸਟ ਆ ਅੱਛਾ एवरीवन ਇਜ਼ ਔਨ ਦਾ ਡੋਨਰ ਲਿਸਟ ਰਾਈਟ ਬੈਲਡਜੋ ਦਾ ਵਿਲ ਬਣਾ ਅਨਾਨਸਮੈਂਟ ਕੁਐਸਚਨ ਪੁੱਛਿਆ ਸੀ ਤੁਸੀਂ ਜੁਆਇਨ ਕਰਨਾ ਡੋਨਰ ਲਿਸਟ ਚ ਨਹੀਂ ਕਹਿੰਦੇ ਨਹੀਂ ਅਸੀਂ ਨਹੀਂ ਕਰਨਾ ਜੀ ਹੁਣ ਮੈਨੂੰ ਚੇਂਜ ਕਰਨਾ ਪੈਣਾ ਮੈਂ ਕਿਹਾ ਹੁਣ ਤੁਸੀਂ ਆਪਟ ਆਊਟ ਕਰਨਾ ਜਾਂ ਨਹੀਂ ਜੀ ਤਾਂ ਕਿ ਅਸੀਂ ਸਾਰੇ ਆਟੋਮੈਟਿਕਲੀ ਡੋਨਰ ਲਿਸਟ 'ਤੇ ਅੱਛਾ ਜੇ ਸੰ ਨੂੰ ਕੁਝ ਹੋ ਗਿਆ ਫਿਰ ਗਵਰਨਮੈਂਟ ਤਾਂ ਕਹਿ ਸਕਦਾ ਤੁਸੀਂ ਡੌਨਰ ਲਿਸਟ ਆ ਜਿੱਦਾਂ ਤੁਹਾਡਾ ਹਾਰਟ ਸਟਰੋਂਗ ਆ ਜਾਂ ਲੰਗ ਸਟਰੋਂਗ ਆ ਇਹਨੂੰ ਚਾਹੀਦਾ ਅਸੀਂ ਦੇ ਸਕਦੇ ਹਾਂ ਉਹਨਾਂ ਨੂੰ ਪਰ ਫਿਰ ਵੀ ਫੈਮਿਲੀ ਦੀ ਪਰਮਿਸ਼ਨ ਚਾਹੀਦੀ ਆ ਅੱਛਾ ਯਾ ਫਿਰ ਵੀ ਫੈਮਿਲੀ ਦੀ ਪਰਮਿਸ਼ਨ ਚਾਹੀਦੀ ਆ ਰਾਈਟ ਸੋ ਮਨਮਾਜੀ ਨਹੀਂ ਚਲਣੀ ਹਾਂਜੀ ਜੀ ਆ ਯਾ ਇਦਾਂ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਕਈ ਕਹਿੰਦੇ ਅਸੀਂ ਦੁਨੀਆ 'ਚ ਆਉਂਦੇ ਆ ਸਾਰਾ ਕੁਝ ਹੈਗਾ ਫਿਰ ਜਦੋਂ ਦੁਨੀਆ ਤੋਂ ਅਸੀਂ ਜਾਣਾ ਸਾਰਾ ਕੁਝ ਨਾਲ ਲੈ ਕੇ ਜਾਣਾ ਚਾਹੀਦਾ ਜੀ ਤੁਸੀਂ ਇਦਾਂ ਇਦਾਂ ਸੋਚੋ ਜੇ ਤੁਹਾਡੇ ਮੁੰਡੇ ਨੂੰ ਜਾਂ ਕੁੜੀ ਨੂੰ ਇਦਾਂ ਚਾਹੀਦਾ ਜਿੱਦਾਂ ਅੱਖਾਂ ਜਾਂ ਲੰਗਸ ਉਹ ਐਨੀਥਿੰਗ ਬਲੱਡ ਕੈਂసర్ ਆਦਿ ਕੁਛ ਹੋਇਆ ਜੀ ਤੁਸੀਂ ਤੁਸੀਂ ਕੀ ਕਰਨਗੇ ਉਸ ਟਾਈਮ ਤੇ ਤੁਸੀਂ ਉਸ ਟਾਈਮ ਤੇ ਕਹਿਣਾ ਨਹੀਂ ਨਹੀਂ ਅਸੀਂ ਇਦਾਂ ਮੰਨਦੇ ਜਾਂ ਤੁਸੀਂ ਕਹਿਣਾ ਹਾਂ ਚਲੋ ਡੋਨਰ ਚਾਹੀਦਾ ਹੈ ਇਹਦਾ ਸਾਰਾ ਆਪਸ਼ਨ ਤੁਸੀਂ ਦੇਖੋ ਬਿਲਕੁਲ ਸਹੀ ਗੱਲ ਹੈ ਆਈ ਮੀਨ ਆਵਰਸਲੀ ਅੱਜਕੱਲ੍ਹ ਤਾਂ ਡੋਨਰਸ ਮਿਲਦੇ ਵੀ ਬਹੁਤ ਔਖੇ ਆ ਜਿਹੜੇ ਸਪੈਰ ਜਿੱਦਾਂ ਯੂ نو ਲਾਈਕ ਟਰਾਈਂਗ ਟੂ ਫਾਈਂਡ ਅਮ ਡਿਫਰੈਂਟ you know organs and things it's very yeah. difficult nowadays yeah, it's so more difficult and yeah. but yeah. if you know everyone agreed to it just sare hmm. agree karte hon fir ta koi chakkar hi nahi yeah. banana chahida saadi so community da aging community de vich idda kalein de community de vich both katya donor acha both katya yeah 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 zaruri bhi hai jado blood donation bhi kar lo tuse ji bas adha ghanta lagda ta ki jehde mere waf te blood transfusion ho aise ji oh kisda khoon se haan ji ohdi bhi help hoye Hmm. so ਮੈਂ ਵੀ ਆਲ ਦਾ ਟਾਈਮ ਕਰਦਾ ਯਾ ਯਾ ਇਟਸ ਵੈਰੀ ਗੁੱਡ ਸੇਵਾ ਹੁੰਦੀ ਜੀ ਬਿਲਕੁਲ ਸੇਵਾ ਹੈ ਹਾਂ ਜੀ ਤੇ ਇਹਦੇ ਨਾਲ ਨਾਲ ਆਬਵੀਅਸਲੀ ਜਿਹੜੀ ਇਹਦੇ ਨਾਲ ਨਾਲ ਗੱਲ ਜੋੜਦੀ ਹੈ ਜੈਨੇਟਿਕ ਟੈਸਟਿੰਗ ਦੀ ਉਹਦੇ ਬਾਰੇ ਤੁਹਾਡੀ ਕੀ ਜਾਣਕਾਰੀ ਇੱਕ ਮੈਨੂੰ ਇੱਕ ਮੈਸੇਜ ਆਇਆ ਸੀ ਉਹ ਜੈਨੇਟਿਕ ਟੈਸਟਿੰਗ ਹੁੰਦਾ ਜੇ ਕਿਸੇ ਕਿਸੇ ਦਾ ਕੈਂਸਰ ਹੋਇਆ ਜੀ ਸੋ ਫਿਰ ਉਹਨਾਂ ਨੇ ਜਿਹੜੇ ਪਰਿਵਾਰ ਦੇ ਸਾਰੇ ਟੈਸਟ ਕਰਨਾ ਚਾਹੀਦਾ ਹਾਂਜੀ ਤਾਂ ਕਿ ਉਹ ਉਹਨਾਂ ਨੂੰ ਵੀ ਸ਼ਾਇਦ ਕੈਂਸਰ ਹੋਗਾ ਪਸਾਨੂੰ ਪਤਾ ਨਹੀਂ ਕਿਸ ਨੂੰ ਪਤਾ ਨਹੀਂ ਜਿੱਦ ਮੇਰੇ ਵਾਂਗ ਤੇ ਕੈਂਸਰ ਸੀ ਉਹਦੀ ਬਾਕੀ ਸਾਰੇ ਫੈਮਿਲੀ ਦੇ ਟੈਸਟ ਕੀਤਾ ਹਾਂਜੀ ਫੇ ਇੱਕ ਜਾਨ ਦਾ ਸੈੱਲ ਲੱਭਿਆ ਫੇ ਮੈਨੂੰ ਇੱਕ ਮੈਸੇਜ ਆਇਆ ਸੀ ਕਹਿੰਦੇ ਮੈਂ ਤੇਰੀ ਸਟੋਰੀ ਪੜ੍ਹੀ ਸੀ ਮੈਂ ਆਪ ਟੈਸਟ ਕੀਤਾ ਫੇ ਮੈਨੂੰ ਡਾਕਟਰ ਕਹਤਾ ਤੇਰੀ ਕੈਂਸਰ ਆ ਅੱਛਾ ਹੁਣ ਉਹ ਕੀਮੋਥੈਰੇਪੀ ਕਰਦੇ ਆ ਜੀ ਉਹ ਕਹਿੰਦੇ ਸੀ ਜੇ ਮੈਂ ਜੈਨੇਟਿਕ ਟੈਸਟ ਨਹੀਂ ਕੀਤੇ ਫਿਰ ਪਟਾਣੇ ਸੀ ਪਲਾ ਕੈਂਸਰ ਉਹਨਾਂ ਸੀ ਹੁਣ ਉਹਨਾਂ ਨੇ ਪਹਿਲਾ ਫੜ ਲਿਆ ਜੀ ਫਿਰ ਹੁਣ ਹੈਪਫਲੀ ਜਿੱਦਾਂ ਹੁਣ ਇਹਦੀ ਲਾਈਫ ਦਾ ਸੇਵ ਹੋ ਗਿਆ ਯਾ ਯਾ ਇਹ ਵੀ ਦਾ ਐਡਵਾਈਸ ਹੈ ਕਿ ਜਿੱਦਾਂ ਦੀ ਫੈਮਿਲੀ ਵਿੱਚ ਕੋਈ ਕੈਂਸਰ ਦੀ ਹਿਸਟਰੀ ਆ ਸਾਰੀ ਜਿਹੜੀ ਫੈਮਿਲੀ ਤੁਸੀਂ ਡਾਕਟਰ ਤੇ ਤੁਸੀਂ ਜਾਓ ਤੁਸੀਂ ਕਹਾਂ ਮੈਂ ਟੈਸਟ ਕਰਨਾ ਫਿਰ ਤਦ ਉਹ ਫਿਰ ਬਸ ਸਿੰਪਲ ਇਜ਼ ਦਾ ਬਲੱਡ ਯੂਰੀਨ ਟੈਸਟ ਕਰਨਾ ਫੇ ਉਹ ਕਹਿ ਸਕਦੇ ਆ ਹਾਤੇ ਦੀ ਕੈਂਸਰ ਦੀ ਜੀਨ ਹੈਗੀ ਆ ਇੱਦਾਂ ਤਾਂ ਨਹੀਂ ਕੈਂਸਰ ਆ ਬਸ ਜੀਨ ਆ ਫੇ ਫਿਊਚਰ ਦੇ ਵਿੱਚ ਜਿੱਦਾਂ ਐਕਟੀਵੇਟ ਹੋ ਸਕਦਾ ਜੀ ਪਰ ਫੇਰ ਵੀ ਦਾ ਇਟਸ ਵੈਰੀ ਵੈਰੀ ਸੀਰੀਅਸ ਇਦਾਂ ਟੈਸਟ ਕਰ ਤੁਸੀਂ ਆਪਣੇ ਲਾਈਫ ਹੀ ਸੇਵ ਕਰ ਸਕਦੇ ਨਿਆਣੇ ਦੇ ਲਾਈਫ ਵੀ ਤੁਸੀਂ ਸੇਵ ਕਰ ਸਕਦੇ ਆ ਇਸ ਆ ਜੈਨੇਟਿਕ ਟੈਸਟਿੰਗ ਕਹਿੰਦੇ ਆ ਜੀ ਬਿਲਕੁਲ ਯਾ ਸੋ ਸੰਗਤਾਂ ਨੂੰ ਵੀ ਇਹੀ ਬੇਨਤੀ ਆ ਕਿ ਸਾਡਾ ਕਾਫੀ ਤਰ ਬਾਅਦ ਸਾਡਾ ਜਿਹੜਾ ਸ਼ੋ ਲਾਈਵ ਹੋਇਆ ਹੈ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਜਿਹੜੀਆਂ ਵੀ ਚੀਜ਼ਾਂ ਬਾਰੇ ਆਪਾਂ ਗੱਲ ਕਰ ਰਹੇ ਆ ਕੋਈ ਵੀ ਸਵਾਲ ਹੋਵੇ ਤੁਸੀਂ ਪਲੀਜ਼ ਅਕਾਲ ਚੈਨਲ ਨੰਬਰ ਤੇ ਨੰਬਰ ਸਕਰੀਨ ਦੇ ਥੱਲੇ ਲੱਗਾ ਹੋਇਆ ਤੁਸੀਂ ਪਲੀਜ਼ ਕਾਲ ਚੈਨਲ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਜ਼ਰੂਰ ਪੁੱਛਣਾ ਪਰ ਜਦੋਂ ਵੀ ਤੁਸੀਂ ਕਾਲ ਕਰਨਾ ਤਾਂ ਸਭ ਤੋਂ ਪਹਿਲਾਂ ਆਪਣਾ ਟੀਵੀ ਬੰਦ ਕਰਕੇ ਤੁਸੀਂ ਫੋਨ ਦੇ ਉੱਤੇ ਸਾਡੇ ਨਾਲ ਗੱਲ ਕਰਨੀ ਤਾਂ ਕਿ ਸਾਡੇ ਸਿਸਟਮ ਦੇ ਵਿੱਚ ਕੋਈ ਇੰਟਰਫੀਰੈਂਸ ਨਾ ਆਵੇ ਰਾਜਪਾਲ ਜੀ ਮੈਂ ਤੁਹਾਨੂੰ ਪੁੱਛਾਂ ਕਿ ਆਬਵੀਅਸਲੀ ਅਮ ਕਈ ਵਾਰੀ ਸਨ ਕੁਐਸਚਨ ਆਉਂਦੇ ਹੁੰਦੇ ਆ ਕਿ ਤੁਹਾਡੇ ਅ ਤੁਹਾਡੀ ਸਪੈਸ਼ialਟੀਆਂ ਕੀ ਆ ਤੁਸੀਂ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਤੁਹਾਡੀ ਜਿੰਦਾ ਜ਼ਿਆਦਾ ਵਾਕੀਅਤ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਸੋ ਇੱਕ ਦਕੋਲੇ ਦਾ ਆਇਆ ਸੀ ਫੋਨ ਕਿੰਦੇ ਤੁਹਾਡੀ ਤਾਂ ਬਸ ਸਪੈਸ਼ialਟੀ ਵਿਲਦੇ ਆ ਮੈਂ ਕਿ ਨਹੀਂ ਨਹੀਂ ਸੋ ਸੋ ਦੀ ਸਪੈਸ਼ialਟੀ ਕਿ ਜਿਹੜਾ ਵਿਲਦੇ ਤੁਸੀਂ ਵਿਲ ਬਣਾਉਂਦੇ ਜੀ ਅ ਫਿਊਨਲ ਪਲਾਨ ਬਣਾਉਂਦੇ ਹਾਂਜੀ ਟਰਸਟ ਦੀ ਲਾਸਟ ਇੰਪਾਵਰਟਨ ਦੀ ਪ੍ਰੋਬੇਟ ਤੇ ਅ ਲਾਈਫ ਇੰਸ਼ੋਰੈਂਸੇ ਜੀ ਨਾਲੇ ਸਾਰੀ ਸਟੇਟ ਪਲਾਨਿੰਗ ਦੇ ਹਮ ਸਾਰੀ ਸਟੇਟ ਪਲਾਨਿੰਗ ਹੁੰਦੀ ਆ ਜੇ ਤੁਹਾਡੇ ਮਿਲੀਅਨ ਪਾਉਂਡ ਪਲੱਸ 2 3 4 5 6 ਮਿਲੀਅਨ ਪਾਉਂਡ ਦਾ ਸਟੇਟ ਆ ਅਸੀਂ ਉਹਦੀ ਵੀ ਸਾਰੀ ਪਲਾਨਿੰਗ ਕਰ ਸਕਦੇ ਆ ਯੈਸ ਇਟਸ ਨੋਟ ਜਸਟ ਦ ਸਿੰਪਲ ਵਿਲ ਦਾ ਯਾ ਹੁਣ ਵੀ ਅਸੀਂ ਜਿੱਦਾਂ ਅੱਜ ਕੱਲ ਦਾ ਮੈਂ ਦੇਖਿਆ ਇਨਕਰੀਸ ਹੋਇਆ ਲੋਕੀ ਐਕਸਕਲੂਡ ਕਰਦੇ ਆ ਨਿਆਣਿਆਂ ਨੂੰ ਜਾਂ ਭੈਣ ਭਾਨ ਨੂੰ ਇਦਾਂ ਹਾਂਜੀ ਫਿਰ ਇਹ ਵੀ ਸਿਸਟਮ ਪਾਇਆ ਵਿੱਚ ਆ ਜੀ ਤੇ ਉਹਦਾ ਕੀ ਪ੍ਰੋਸੈਸ ਹੁੰਦਾ ਪ੍ਰੋਸੈਸ ਹੈਗਾ ਸਭ ਤੋਂ ਪਹਿਲਾਂ ਜੇ ਜਿਹੜੇ ਕਸਟਮਰ client ਹੈਗੇ ਉਹਨਾਂ ਨੇ ਮੈਨੂੰ ਦੱਸਣਾ ਮੇਰੇ ਤਿੰਨ ਬੱਚੇ ਆ ਪਰ ਇੱਕ ਨੂੰ ਦੇਣਾ ਦੂਜਿਆਂ ਨੂੰ ਦੇਣਾ ਨੇ ਜੀ ਮੈਂ ਕਿਹਾ ਚੋ ਠੀਕ ਆ ਸਭ ਤੋਂ ਪਹਿਲਾਂ ਤੁਹਾਨੂੰ ਇੰਗਲਿਸ਼ ਤੁਹਾਨੂੰ ਪੜਨ ਆਉਂਦੀ ਜਾਂ ਨਹੀਂ 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 ਆਉਂਦੇ ਨੇ ਫੇ ਪੰਜਾਬੀ ਦਾ ਕਲੋਜ਼ ਪਿੱਛੇ ਲਿਖਣਾ ਜੀ ਤਾਂ ਕਿ ਫੇ ਜਿਹੜੇ ਨਿਆਣੇ ਬਾਅਦ ਚ ਕਹੇ ਕਿ ਮੰਮੀ ਤਾਂ ਮੈਂ ਪੰਜਾਬੀ ਨਹੀਂ ਆਂਦੇ ਸੀ ਫੇ ਕਿੱਦਾਂ ਵੇਲ ਬਣਾਇਆ ਤੇ ਉਹ ਕਵਰ ਹੋ ਗਿਆ ਯਾ ਫੇ ਚਿੱਠੀ ਚਾਹੀਦੀ ਆ ਫੇ ਚਿੱਠੀ ਦਾ ਫੇ ਉਹਨਾਂ ਰੀਜ਼ਨ ਲਿਖਣੇ ਰਾਈ ਪਰ ਕੈ ਵੀ ਕੈ ਵੀ ਦ ਕੰਦੀ ਸਾਰਾ ਚਲ ਕੁੜੀ ਦਾ ਵਿਆਹ ਹੋ ਗਿਆ ਉਹਨੂੰ ਅਸੀਂ ਤੀਜ ਆਪਉਣ ਦੇਤੇ ਉਹਨੂੰ ਉਂਕ ਉਸ ਮਿਲਣਾ ਨੇ ਉਹ ਹੈਪੀ ਹੈ ਠੀਕ ਆ ਹੂੰ ਹੂੰ ਝੋ ਠੀਕ ਆ ਪਰ ਫੇਰ ਵੀ ਇਨ ਕੇਸ ਫਿਊਚਰ ਚੋ ਕਹਿ ਸਕਦੇ ਆ ਨਹੀਂ ਨਹੀਂ ਮੇਰਾ ਵੀ ਹਿੱਸਾ ਮੰਦਾ ਫੇਰ ਵੀ ਪ੍ਰੋਟੈਕਸ਼ਨਲੀ ਰੀਜ਼ਨ ਚਾਹੀਦੇ ਆ ਬਿਲਕੁਲ ਪਰ ਇੱਕ ਹੋਰ ਜਦਾ ਵੈਲ ਕਲੈਰਿਟੀ ਸਟੇਟਮੈਂਟ ਹੈ ਮੈਂ ਐਸ ਵੀ ਕਿ ਮੈਂ 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 ਗਿਆ ਸੀ ਕਿ ਅੰਕ ਨੂੰ ਮਿਲਣ ਜੀ ਮੁੰਡਿਆਂ ਦੇਣਾ ਦੋ ਕੁੜੀਆਂ ਕੁਛ ਨਹੀਂ ਦੇਣਾ ਸੀ اچھا ਮੈਂ ਕਿਹਾ ਅੰਕਲ ਤੁਹਾਨੂੰ ਕੁੜੀਆਂ ਨੇ ਬਾਅਦ ਚ ਤੁਹਾਨੂੰ ਕੁਝ ਕਹਿਓਗੇ ਹਾਂਜੀ ਕਿ ਉਹਨਾਂ ਨੇ ਜ਼ਰੂਰ ਕਹਿਣਾ ਸਰ ਸਾਡੇ ਨਾਲ ਕਾਲਰ ਜੁੜੇ ਹੈ ਜੀ ਕਾਲ ਆਪ ਲੈ ਲਿਏ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਪੁੱਛਣਾ ਚਾਹੁੰਦੇ ਜੀ ਮੈਂ ਪੁੱਛਣਾ ਚਾਹੁੰਦੀ ਆ ਮੈਂ 81 ইয়ার্স 올ਡ ਹਾਂ ਤਾਂ ਮੈਂ ਹੁਣ ਜੇ ਕੀ ਪਤਾ ਹੁੰਦਾ ਕਿਹੜਾ ਟਾਈਮ ਆ ਜਾਏ ਫਾਈਨਲ ਦਾ ਨਾ ਜੀ ਤਾਂ ਉਹਦੀ ਪਲਾਨਿੰਗ ਕੀ ਆ ਓਕੇ ਜੀ ਹਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਹਲੋ ਹਲੋ ਹਾਂ ਹਾਂਜੀ ਪਲੈਨਿੰਗ ਦੀ ਦੇਖੋ ਜੇ ਅੱਜ ਜਿਹੜਾ ਹੁਣ ਹੁੰਦਾ ਜਿਹੜਾ ਵਾਇਰਸ ਦਾ ਹੁਣ થોੜਾ ਡਿਫਰੈਂਟ ਆ ਯਾ ਪਹਿਲਾਂ ਮੇਰੇ ਤਿੰਨ ਪਲਾਨ ਹੁੰਦੇ ਸੇ ਇੱਕ ਬੇਸਿਕ ਪਲਾਨ ਇੱਕ ਹੋਰ ਇੱਕ ਲਿਮੂਜ਼ਿਨ ਦਾ ਤੀਜਾ ਪਲਾਨ ਹੈ ਕਿ ਦੋ ਲਿਮੂਜ਼ਿਨ ਜਿਹੜੀ ਲਿਮੂਜ਼ਿਨ ਵਲੇ ਤੁਸੀਂ ਮੈਂ ਉਹ ਹੁਣ ਕਹਿੰਦਾ ਉਹ ਮੈਂ ਛੇੜਦਾ ਨਹੀਂ ਤਾਂ ਕਿ ਅੱਜ ਕੱਲ ਕੋਈ ਲਿਮੂਜ਼ਿਨ ਤੇ ਬਹਿ ਨਹੀਂ ਸਕਦਾ ਨਹੀਂ ਨਹੀਂ ਹਾਂ ਹਾਂਜੀ ਜਿਹੜਾ ਵੀ ਪਲਾਨ ਹੁੰਦਾ ਤੁਸੀਂ ਆਪਣੇ ਵਿਸ਼ੇ ਤੁਸੀਂ ਲਿਖ ਸਕਦੇ ਆ ਹਾਂ ਤੁਸੀਂ ਆਪਣੇ ਵਿਸ਼ੇ ਲਿਖ ਸਕਦੇ ਆ ਤੁਸੀਂ ਕੀ ਚਾਹੁੰਦੇ ਆ ਸਾਰੇ ਫਿਨੂਲ ਦੇ ਜਿੱਦਾਂ ਪਰ ਜਿਹੜਾ ਫਿਨੂ ਪਲਾਨ ਹੁੰਦਾ ਤੁਸੀਂ ਇੱਕ ਵਾਰੀ ਦੇ ਸਕਦੇ ਜਾਂ ਤੁਸੀਂ ਮੰਥਲੀ ਕਿਸ਼ਤੇ ਦੇ ਸਕਦੇ ਆ ਅੱਛਾ ਹਾਂਜੀ ਕਿ ਮੈਂ ਪੈਨਸ਼ਨ ਤੇ ਆ ਨਾ ਹਾਂਜੀ ਮੇਰੀ ਕੁੜੀ ਕੈਨੇਡਾ ਐ ਕਲੰਡਨ ਉਹ ਹਾਂ ਤਾਂ ਮੈਂ ਕੱਲੀ ਆ ਇੱਥੇ ਹੂੰ ਹੂੰ ਹਾਂ ਕੀ ਪਤਾ ਹੋਵੇ ਕੋਈ ਕੋਈ ਕ ਪਤਾ ਨਹੀਂ ਘੜੀ ਦਾ ਕੀ ਹੋਜਵੇ ਹਾਂਜੀ ਤਾਂ ਮੈਂ ਪੈਨਸ਼ਨ ਤੇ ਆ ਜੇ ਮੈਂ ਕੁਦਾ ਕਿੰਨੇ ਪੈਸੇ ਲੱਗਦੇ ਆ ਯਾਨੀ ਇਹ ਸਾਰੇ ਦੇਦਮਾ ਮੈਂ ਸਟਾਰਟਿੰਗ ਹੈਗੇ 3500 ਪਾਉਂਡ 3500 ਹੂੰ ਤਾਂ ਮੈਂ ਚੌਨੀ ਆ ਕਿਉਂਕਿ ਇਹਨਾਂ ਕੱਲ ਨੂੰ ਕੁੜੀਆਂ ਬਗਾਨੇ ਘਰੋਆ ਕਿ ਮੇਰਾ ਆਪਣਾ ਜੋ ਹੈਗਾ ਮੈਂ ਆਪਣੀ ਵਾਲੇ ਪੇਮੈਂਟ ਕਰਕੇ ਹਾਂਜੀ ਆਪਣਾ ਆਪਣਾ ਸੌਟਟ ਕਰ ਲਵਾਂ ਕੰਨ ਜੋ ਅੱਜ ਤੱਕ ਗੱਲ ਨਾ ਜਾਪੇ ਠੀਕ ਹੈ ਤੁਸੀਂ ਆਪ ਤੁਹਾਨੂੰ ਪਤਾ ਹੀ ਆ ਸਾਡਾ ਪੰਜਾਬੀ ਕਲਚਰ ਇਦਾਂ ਦਾ ਨਾ ਬਿਲਕੁਲ ਹਾਂਜੀ ਹਾਂ ਇਸ ਕਰਕੇ ਮੈਂ ਹੁਣ ਤਾਂ ਜੇ ਲੌਕਡਾਊਨ ਹੋਏ ਆ ਤਾਂ ਜੇ ਫਰਜ ਕਿ ਤੱਕਦੋ ਤੋਂ ਉਸਕੇ ਦਾ ਕਰ ਸਕਦੇ ਆ ਯਾ ਜਿੱਦਾਂ ਅਸੀਂ ਫੋਨ ਤੇ ਗੱਲ ਕਰਸ ਕੇ ਜੋ ਵੀਡੀਓ ਕਾਲ ਜਮੈਂ ਤੁਹਾਨੂੰ 8 ਸਰੀ ਤੋਂ ਬਾਅਦ ਚ ਮੈਂ ਤੁਹਾਨੂੰ ਮਿਲਣ ਆ ਸਕਦਾ अच्छा हां जी होणे जो ਆ ਖੋਦ ਪਹਿਲਾਂ ਇੱਕ ਅੰਕਲ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਮੈਂ ਫੀ ਨੂੰ ਪਲਾਨ ਬਣਾਣਾ ਉਹ ਕਹਿੰਦੇ ਸੀ ਫੋਨ ਤੇ ਗੱਲ ਕਰ ਲੈਂਦੇ ਅਸੀਂ ਸਾਰਾ ਕੁਝ ਫੋਨ ਤੇ ਗੱਲ ਕੀਤਾ اچھا ਫਿਰ ਜਿਹੜਾ ਪੇਪਰ ਅਪਲੀਕੇਸ਼ਨ ਉਹ ਸਹੀ ਸਾਰਾ ਮੈਂ ਉਹਨਾਂ ਨੂੰ ਪੋਸਟ ਤੇ ਭੇਜ ਦੂੰਗਾ اچھا ਹਾਂ ਜੀ ਤੁਸੀਂ ਆਪਣਾ ਇੱਥੇ ਇਨਫਰਮੇਸ਼ਨ ਤੁਸੀਂ ਰੈਂਡਮ ਮੈਨੂੰ ਫੋਨ ਕਰਦੇ ਬਿਲਕੁਲ ਜੀ ਆਪਣਾ ਨੰਬਰ ਇੱਥੇ ਕਾਲ ਚੈਨਲ ਦੇ ਉੱਤੇ ਛੱਡ ਦਿਓ ਤੇ ਬਾਅਦ ਵਿੱਚ ਸ਼ੋਤ ਬਾਅਦ ਫਿਰ ਰਾਜਪਾਲ ਜੀ ਤੁਹਾਡੇ ਨਾਲ ਗੱਲ ਕਰਨਗੇ ਜੀ ਹਾਂਜੀ ਸੋ ਆਪਾਂ ਗੱਲ ਕਰ ਰਹੇ ਸੀ ਐਕਸਕਲੂਜ਼ਨ ਬਾਰੇ ਯਾ ਐਕਸਕਲੂਜ਼ਨ ਬਾਰੇ ਉਹ ਕਹਿੰਸੀ 10 ਬੱਚਿਆ ਮੇਰੇ ਸਾਰ ਕੁਝ ਮੁੰਡੇ ਹੁੰਦੇ ਹਨ ਤਾਂ ਕਿ ਕੁੜੀਆਂ ਨੂੰ ਦੇਤਾ ਨਾਲ ਉਹ ਕਹਿੰਦੇ ਥੋੜੇ ਕ੍ਰਾਫਟੀ ਆ ਕੁੜੀਆਂ ਅੱਛਾ ਮੈਂ ਕਿਹਾ ਠੀਕ ਹੈ ਤੁਸੀਂ ਤਾਂ ਨੇ ਇੰਗਲਿਸ਼ਾਂ ਦੇ ਪੰਜਾਬੀ 글로 ਸਾਨੂੰ ਲਿਖਣਾ ਪੈਣਾ ਜੀ ਫਿਰ ਉਹ ਮੈਂ ਕਿਹਾ ਸੀ ਉਹ ਤੁਸੀਂ ਕੋਈ ਦਵਾਈਆਂ ਦੂਆਂ ਕੋਈ ਖਾਂਦੇ ਆ ਉਕੇ ਛਾਂਜੀ ਕੰਦੇ ਆ ਬਲੱਡ ਪ੍ਰੈਸ਼ਰ ਲਈ ਦਸਾਰਾ ਜੀ ਡਾਇਬੀਟੀਜ਼ ਹਨ ਮੈਂ ਕਿਹਾ ਇੱਕ ਹੋਲ ਕਲੈਰਟੀ ਸਟੇਟਮੈਂਟ ਮੈਨੂੰ ਕਰਨਾ ਪੈਣਾ ਉਹਦੇ ਵਿੱਚ ਕੁਐਸਚਨੈਟ ਹੁੰਦਾ ਮੇਰੇ ਲਈ ਹੂੰ ਉਹ ਉਹ ਮੈਨੂੰ ਕੁਐਸਚਨ ਪੁੱਛਦੇ ਆ ਜਿਹੜੇ ਕਸਟਮਰ ਆ ਦਿਮਾਗ ਸਹੀ ਆ ਉਹ ਕੋਈ ਪੋਇਜ਼ਨ ਤਾਂ ਨਹੀਂ ਕਰਦਾ ਕੋਈ ਪ੍ਰੈਸ਼ ਤਾਂ ਨਹੀਂ ਪੰਦਾ ਅੱਛਾ ਅੱਛਾ ਕੋਈ ਜਿੱਦਾਂ ਆਫਟਰ ਇਫੈਕਟ ਦੇ ਦਵਾਈਆਂ ਦੇ ਜੇ ਉਹ ਕੁੜੀਆ ਬਾਅਦ ਚ ਕਹਿੰਦੇ ਡੈਰੀ ਦਾ ਡਿਮੈਂਸ਼ਰ ਸੀ ਜਾਂ ਡੈਰੀ ਦੇ ਨਸ਼ੇ ਨਾਲ ਦਾ ਕੁਝ ਸੋਚ ਨਹੀਂ ਸਕਦੀ ਸੀ ਜਾਈ ਮੈਂ ਕਿਹਾ ਨਹੀਂ ਜੋ ਦੋ ਮੈਂ ਉਹਨਾਂ ਨੇ ਮੈਨੂੰ ਇਨਸਟਰਕਸ਼ਨ ਦਿੱਤੇ ਮੈਂ ਸਾਰਾ ਨੋਟ ਲਿਖਿਆ ਆ ਦੇਖੋ ਦੇਖ ਲੋ ਮੇਰਾ ਨੋਟ ਯਾ ਸੋ ఎవਰੀਥਿੰਗ ਸੋ ਸਕੇਲ ਤਾਰਕੂ ਸਕੇਲ ਫਿਰ ਆ ਪੰਜਾਬੀ ਕਲੋਜ਼ ਆ ਵਿਲ ਕਰਾਈਟਿਸ ਮੈਨੂੰ ਚਿੱਠੀ ਜੀ ਨਾ 4th thing is a ਵੀਡੀਓ ਦਾ ਜੀ ਪਰ ਦੋ ਆਪਸ਼ਨ ਆ ਹਾਂਜੀ ਪਹਿਲੇ ਆਪਸ਼ਨ ਆ ਤੁਸੀਂ ਆਪ ਵੀਡੀਓ ਖੇਚ ਸਕਦੇ ਆ ਕੈਮਰਾ ਰੱਖ ਲੋ ਤਾਂ ਆਪਣੇ ਜਿਹੜਾ ਵਿਲ ਬਣਾਣੇ ਉਹਨਾਂ ਨੂੰ ਪੁੱਛੋ ਤੁਸੀਂ ਕਿਉਂ ਨਹੀਂ ਦੇਣਾ ਆਪਣੇ ਕੁੜੀਆਂ ਨੂੰ ਹਾਂਜੀ ਜਾਂ ਜਾਂ ਮੈਂ ਜੋ ਅਸੀਂ ਵਿਲ ਸਾਈਨ ਕਰਨਾ बस इथे ਕਮਰਾ ਸਾਮਨੇ ਰੱਖਣਾ ਹੋਰ ਕੋਈ ਨਹੀਂ ਹੋਣਾ ਰੂਮ ਦੇ ਵਿੱਚ ਆ ਮੈਂ ਕਹਣਾ ਅੰਕਲ ਤੁਸੀਂ ਦੱਸੋ ਤੁਸੀਂ ਕਿਉਂ ਨਹੀਂ ਦੇਣਾ ਫਿਰ ਉਹਨਾਂ ਨੇ ਸਾਰੇ ਰੀਜ਼ਨ ਜੀ ਇਹਦਾ ਫਾਇਦਾ ਹੈਗਾ ਤਾਂ ਕਿ ਫੇ ਜਿਬਾਂ ਚ ਕੁੜੀਆਂ ਕਹਿੰਦੇ ਡੈਡ ਦਾ ਦਿਮਾਗ ਸਹੀ ਨਹੀਂ ਸੀ ਹਮ ਮੈਂ ਕਹਣਾ ਪੰਜਾਬੀ ਕਲੋਸ ਜੇਕਰ ਪੰਜਾਬੀ ਚ ਟ੍ਰਾਂਸਲੇਟ ਕੀਤਾ ਵੈਲਕਰਟ ਸਟੇਟਮੈਂਟ ਹੈਗੀ ਚਿੱਠੀ ਹੈਗੀ ਤਾਂ ਤੁਸੀਂ ਵੀਡੀਓ ਵੀ ਦੇਖ ਲਾ ਹਮ ਸਾਰਾ ਕੁਝ ਪ੍ਰੂਵ ਹੋ ਜਾਂਦਾ ਸਾਰਾ ਕੁਝ ਪ੍ਰੋਟੈਕਟ ਹੈ ਜੀ ਯਾ ਔਰ ਇਨਕ੍ਰੀਸ ਤੇ ਆ ਜਿੱਦਾਂ ਐਕਸਕਲੂਡ ਕਰਨਾ ਯਾ 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 ਫਿਰ ਬਾਅਦ ਚ ਕੋਈ ਕਲੇਮ ਨਹੀਂ ਕਰ ਸਕਦਾ ਯਾ ਸੋ ਐਂਡ ਸਾਰਾ ਕੁਝ ਸਿਕਿਉਰ ਤੇ ਕੋਈ ਪ੍ਰੋਬਲਮ ਪਾਚ ਪੈਂਦੀ ਨਹੀਂ ਹਾਂਜੀ ਬਿਲਕੁਲ ਜੀ ਸਾਨੂੰ ਵੀ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਜੇ ਅਸੀਂ ਇਦਾਂ ਦੇ ਕੰਮ ਕਰਨੇ ਆ ਜੇ ਆਪਾਂ ਚਾਹੁੰਦੇ ਹਾਂ ਕਿ ਕਿਸ ਨੂੰ ਐਕਸਕਲੂਡ ਕਰਨਾ ਸਾਡੀ ਵੀ ਇਹ ਮੰਨ ਤੇ ਵਿੱਚ ਹੋਣੀ ਚਾਹੀਦੀ ਹੈ ਕਿ ਬਾਅਦ ਚ ਜਿਹੜਾ ਵਕੀਲ ਜਾਂ ਜਨ ਤੁਹਾਡੇ ਨਾਲ ਟਰਾਈ ਕੀਤਾ ਤੁਹਾਡੇ ਨਾਲ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਵੀ ਕੋਈ ਟਰਬਲ ਨਾ ਪਵੇ ਬਾਅਦ ਚ ਤੁਹਾਡੇ ਜਾਣ ਤੋਂ ਬਾਅਦ ਸੋ ਇਸ ਕਰਕੇ ਵੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਬਾਰੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਆਪਣਾ ਸੌਖਾ ਕਰ ਸਕਦੇ ਦੋਨਾਂ ਪਾਰਟੀਆਂ ਲਈ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਆਬਵੀਅਸਲੀ ਕੋਵਿਡ-19 ਕਰਕੇ ਕਾਫੀ ਜਿਹੜੇ ਪ੍ਰੋਸੀਜਰਸ ਆ ਕਾਫੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਈਆਂ ਮੀਨੋ ਕਜ਼ ਆਬਵੀਸਲੀ ਥਿੰਗਸ ਲਾਈਕ ਸੋਸ਼ਲ ਡਿਸਟੈਂਸਿੰਗ ਥਿੰਗਸ ਲਾਈਕ ਥਾ ਯੂ ਨੋ ਲੋਡਸ ਆਫ ਥਿੰਗਸ ਹੈਵ ਚੇਂਜਡ ਸੋ ਨਮਿੰਮੇ ਕੀ ਕੀ ਚੀਜ਼ਾਂ ਆਈਆਂ ਹੁਣ ਸੋ ਹੁਣ ਤਾਂ ਸਾਰੇ ਜੋ ਪ੍ਰੋਟੈਕਸ਼ਨ ਕਰਨਾ ਪੈਣਾ ਹੁਣ ਜਿਹੜਾ ਜੋ ਮੈਂ ਕਰਦਾ ਕੰਮ ਉਹ ਵੀਡੀਓ ਕਾਲਿੰਗ ਤਾਂ ਕਰਦਾ ਯਾ ਫਿਰ ਮੈਨੂੰ ਸਾਰੇ ਨੋਟ ਲਿਖਣੇ ਪੈਣੇ ਆ ਫਿਰ ਮੈਨੂੰ ਪਾਸਪੋਰਟ ਦੇ ਚਾਹੀਦੇ ਫੇ ਤਾਂ ਕਿ ਮੈਨੂੰ ਪਤਾ ਜੋ ਵੀਡੀਓ ਕਾਲ ਕਰਦੇ ਆ ਮੈਨੂੰ ਪਤਾ ਨਹੀਂ ਕੈਮਰੇ ਦੇ ਪਿੱਛੇ ਕੌਣ ਆ ਜੀ ਫੇ ਸਾਰੇ ਮੈਨੂੰ ਨੋਟ ਲਿਖਨੇ ਪੈਣੇ ਫਿਰ ਕਸਟਮਰ ਨੇ ਵੀ ਸਾਈਨ ਕਰਨਾ ਕਹਿੰਦੀ ਐ ਅਸੀਂ ਇੱਥੇ ਆ ਅਸੀਂ ਆਪੇ ਆ ਸਾਡ ਕੁਝ ਵੀਡੀਓ ਕਾਲ ਦਾ ਤੇ ਪੋਸਟ ਕਰਨਾ ਪਰ ਜਿਹੜੀ ਆ ਚੀਜ਼ ਹੈਗੀ ਜਿਹੜੀ ਵੀਡੀਓ ਕਾਲ ਦੇ ਮੈਂ ਬੰਦ ਨਹੀਂ ਕਰਨਾ ਮੈਂ ਆ ਵੀ ਸ਼ੁਰੂ ਕਰਨਾ ਜੀ ਪਹਿਲਾਂ ਤਾਂ ਸਾਰਾ ਫੇਸ ਟੂ ਫੇਸ ਕਰਨਾ ਪਰ ਜਿਹੜੇ ਲੋਕੀ ਯੂਜ਼ ਕਰ ਸਕਦੇ ਆ ਇਹ ਵੀਡੀਓ ਕਾਲਿੰਗ ਉਹ ਤਾਂ ਮੈਂ ਤਾਂ ਬੰਦ ਨਹੀਂ ਕਰਨਾ ਫਿਰ ਮੇਲੇ ਵੀ ਈਜ਼ ਆ ਉਹਨਾਂ ਲਈ ਵੀ ਈਜ਼ ਆ ਜੀ ਯਾ ਇਦਾਂ ਫੇਰ ਜਿੱਦਾਂ ਉਦੋਂ ਵੀ ਚੇਂਜ ਉਹ ਜਿੱਦਾਂ ਕੋਵਿਡ-19 ਦਾ ਜਦੋਂ ਵੈਲ ਸਾਈਨ ਕਰਨਾ ਵੱਖਰੇ ਵੱਖਰੇ ਪੈਨ ਯੂਜ਼ ਕਰਨੇ ਪੈਣੇ ਯਾ ਯਾ ਇਦਾਂ ਵੀ ਪਰ ਐ ਇਦਾਂ ਵੀ ਕਹੇ ਹੈ ਕਿ ਜਦੋਂ ਚਿੱਠੀਆਂ ਆਂਦੇ ਉਹ ਬਸ ਇੱਕ ਦਿਨ ਲਈ ਕੋਈ ਟੱਚ ਨਹੀਂ ਕਰਨਾ ਜੀ ਯਾ ਇਦਾਂ ਵੀ ਸਾਰਾ ਸੋਚਣਾ ਪੈਣਾ ਯਾ ਵੀ ਗਾਟ ਟੂ ਥਿੰਕ ਅਬਾਊਟ 올 ਦ ਹੈਲਥ ਐਂਡ ਸਾਰਾ ਸੇਫਟੀ ਰੈਗਨੇਸ਼ਨਸ ਗਲਵਜ਼ ਆ ਮਾਸਕ ਨਾ ਦਾ ਦਾ ਸਾਰਾ ਇਹਨਾਂ ਦੇਖਣਾ ਪੈਣਾ ਇਹ ਹੈ ਕਾਫੀ ਇਫੈਕਟ ਹੋਇਆ ਹਾਂਜੀ ਸੋ ਸਾਡੇ ਨਾਲ ਕੋਲਰ ਜੁੜਿਆ ਜੀ ਕੋਲਰ ਨਾਲ ਆਪਾਂ ਗੱਲਬਾਤ ਕਰਦੇ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਾਡੇ ਨਾਲ ਕੋਲਰ ਜੁੜਿਆ ਹੈਲੋ ਹਾਂਜੀ ਪਲੀਜ਼ ਆਪਣਾ ਟੀਵੀ ਬੰਦ ਕਰਕੇ ਤੁਸੀਂ ਫੋਨ ਦੇ ਉੱਤੇ ਸਾਡੇ ਨਾਲ ਗੱਲ ਕਰੋ ਜੀ ਹਾਂਜੀ 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 ਕੀ ਪੁੱਛਣਾ ਚਾਹੁੰਦੇ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਪੁੱਛਣਾ ਚਾਹੁੰਦੇ ਜੀ ਮੈਂ ਬਿੱਲ ਬਾਰੇ ਪੁੱਛਣਾ ਚਾਹੁੰਦਾ ਆ ਵੀ ਇਨਾ ਵਿਲ ਕੀ ਚਾਰजेस ਹੈ ਇਹਨਾਂ ਦੇ ਤਾਂ 2-3 ਪ੍ਰੋਪਰਟੀਆਂ ਹੁੰਦਾ ਉਹਦੇ ਬਾਰੇ ਵੀ ਸੈਪਰੇਟ ਵਿਲ ਹੁੰਦੀ ਹੈ ਇੱਕ ਵਿਲ ਨਾਲ ਹੀ ਸਲ ਜਾ ਹੂੰ ਇਹ ਸਾਰਾ ਡਿਪੈਂਡ ਕਰਦਾ ਐ ਤੁਸੀਂ ਕਿੰਨਾ ਕੁ ਪ੍ਰੋਜੈਕਟ ਸਾਰਾ ਡਿਪੈਂਡ ਹੁੰਦਾ ਤੁਸੀਂ ਕਿੰਨਾ ਕੁ ਪ੍ਰੋਟੈਕਟ ਕਰਨਾ ਜਿੱਦਾਂ ਕਹੀ ਹੈਗੇ ਮੈਂ ਬਸ ਏਡੀ ਏਡੀ ਕੇ ਪ੍ਰੋਪਰਟੀ ਅਮਰੀ ਹੋਰ ਕੁਸ਼ਾਗਣੀ ਫਿਰ ਤੁਹਾਨੂੰ ਇਦਾਂ ਦਾ ਵਿਲ ਚਾਹੀਦਾ ਜੇ ਤੁਹਾਨੂੰ ਪੋਰਟਫੋਲੀਓ 3-4 ਕਰ ਇਹ ਦਾ ਅਦਮ ਇਲੀ ਦਾ ਘਰ ਹੈ ਦਾ ਪੈਸੇ ਇੰਨਾ ਕੁ ਵੇਲ ਚਾਹੀਦਾ ਟਰਸ ਚਾਹੀਦੇ ਆ ਫਿਰ ਜੇ ਤੁਸੀਂ ਥੋੜਾ ਪ੍ਰੋਟੈਕਟ ਕਰਨਾ ਇੰਨੇ ਪੈਸੇ ਲੱਗਣੇ ਜੇ ਤੁਸੀਂ ਸਾਰਾ ਪ੍ਰੋਟੈਕਟ ਕਰਨਾ ਇੰਨੇ ਪੈਸੇ ਲੱਗਣੇ ਆ ਪਰ ਜੇ ਤੁਸੀਂ ਆਪਣਾ ਨੰਬਰ ਉੱਥੇ ਰਿਸੈਪਸ਼ਨ ਤੇ ਛੱਡ ਦਿਓ ਮੈਂ ਤੁਹਾਨੂੰ ਫੋਨ ਕਰਦਾ ਮੈਂ ਤੁਹਾਨੂੰ ਫੋਨ ਤੇ ਸਾਰੇ ਮੈਂ ਤੁਹਾਨੂੰ ਪ੍ਰਾਜ ਦੇ ਦੂੰਗਾ ਕੋਈ ਹਾਂਜੀ ਬਿਲਕੁਲ ਜੀ ਤੁਹਾਨੂੰ ਅੱਜ ਤੁਹਾਡਾ ਬਹੁਤ ਬਹੁਤ ਜਿਕੇ ਸੇ ਹੋਰ ਦਰਸ਼ਕਾਂ ਦੇ ਮੰਨ ਦੇ ਵਿੱਚ ਕੋਈ ਸਵਾਲ ਹੋਵੇ ਤੁਸੀਂ ਪਲੀਜ਼ ਕਾਲ ਚੰਦ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਜ਼ਰੂਰ ਪੁੱਛਿਓ ਅੱਜ ਸਾਡਾ ਸ਼ੋਅ ਲਾਈਵ ਹੈ ਸੋਸ਼ੀਅਲ ਲਾਈਵ ਦੇ ਉੱਤੇ ਸਾਡੇ ਨਾਲ ਗੱਲ ਕਰ ਸਕਦੇ ਆ ਜੇ ਤੁਸੀਂ ਲਾਈਵ ਦੇ ਵਿੱਚ ਨਹੀਂ ਵੀ ਗੱਲ ਕਰਨਾ ਚਾਹੁੰਦੇ ਤਾਂ ਪਲੀਜ਼ ਵੀ ਤੁਸੀਂ ਫੋਨ ਕਰਕੇ ਆਪਣਾ ਨੰਬਰ ਜ਼ਰੂਰ ਛੱਡਿਓ ਤਾਂ ਕਿ ਆਪਰ ਬਾਅਦ ਫਿਰ ਰਾਜਪਾਈ ਨੂੰ ਦੇ ਕੇ ਉਹ ਫਿਰ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਸੋ ਅਗੇ ਜੇ ਆਪਾਂ ਜਾਣਦੇ ਆ ਤਾਂ ਆਬਵੀਅਸਲੀ ਯੂ نو देयर इज ਮੈਨੀ ਡਿਫਰੈਂਟ ਵੱਖਰੇ ਵੱਖਰੇ ਟਾਈਪਸ ਦੀਆਂ ਚੀਜ਼ਾਂ ਹੁੰਦੀਆਂ ਵਨ ਯੂ ਲੁਕਿੰਗ ਐਟ ਥਿੰਗਸ ਲਾਈਕ ਵਿਲਸ ٹرسٹ ਵਿਲ ਨੋਰ ਪਲੈਨਿੰਗ ਵਨ ਆਫ ਦੋਸ ਥਿੰਗਸ ਇਜ਼ ਆਬਵੀਸਲੀ ਡੀਡ ਅ ਵਰੀਏਸ਼ਨ ਡੀਡ ਅ ਵਰੀਏਸ਼ਨ ਪਹਿਲਾ ਹੁੰਦਾ ਕੀ ਆ ਤੇ ਉਹਦੇ ਫਿਰ ਕਿਦਾਂ ਉਹ ਬਣਾਈਦਾ ਕਿਦਾਂ ਕੀਤੀ ਡੀਡ ਅ ਵਰੀਏਸ਼ਨ ਹੈਗਾ ਜੇ ਕਿਸੇ ਵੇਲ ਬਣਾਏ ਜੀ ਉਹਨਾਂ ਦੀ ਡੈਥ ਹੋ ਗਏ ਯਾ ਨਾਲ ਜਿਹੜੇ ਬਾਕੀ ਜਿਹੜੇ ਬੈਨੀਫਿਸ਼ੀਅਰ ਆ ਬੈਨੀਫਿਸ਼ੀਅਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਪੈਸੇ ਮਿਲਦੇ ਬਾਅਦ ਚ ਜੀ ਜੇ ਉਹ ਹੈਪੀ ਨਹੀਂ ਆ ਫੇਰ ਰਾਲ ਕੇ ਐਗਰੀ ਕਰਕੇ ਤੁਸੀਂ ਵੇਲ ਚੇਂਜ ਕਰ ਸਕਦੇ ਆ ਅੱਛਾ ਸਿਮਤਾ ਉਹਨੇ ਕਿ ਐਗਜ਼ਾਮਪਲ ਦਿੰਦਾ ਯਾ ਅਮ ਕਿਸ ਨੇ ਵੇਲ ਬਣਾਈ ਸੀ ਮੈਂ ਤਾਂ ਨਹੀਂ ਬਣਾਈ ਸੀ ਪਰ ਡੈਡੀ ਦੀ ਡੈਥ ਹੋ ਗਈ ਡੈਡੀ ਨੇ ਲਿਖਿਆ ਸੀ ਜੇ ਮੈਨੂੰ ਕੁਝ ਹੋ ਗਿਆ ਸਾਰਾ ਕੁਝ ਮੇਰੀ ਵਾਈਫ ਨੂੰ ਜਾਣਾ ਅੱਛਾ ਚਲੋ ਪਰ ਵਾਈਫ ਦੀ ਹੁਣ ਡਿਮੈਂਸ਼ਰ ਹੋ ਗਈ ਅੱਛਾ ਐਸ ਤਰ੍ਹਾਂ ਦੀ ਗੱਲ ਆ ਯਾ ਵਾਈਫ ਦੀ ਡਿਮੈਂਸ਼ਰ ਹੋ ਗਈ ਹੁਣ ਕੇਅਰ ਵਾਲੇ ਆ ਗਏ ਹੁਣ ਕੇਅਰ ਵਾਲੇ ਪੁੱਛ ਦਿਆ ਤੇ ਮਮਮੀ ਦੇ ਨਾਂ ਤੇ ਕੀ ਕੁਝ ਹੈਗਾ ਅਛਾ ਫੇ ਉਹਨਾਂ ਨੇ ਕਿਹਾ ਆ ਕਰ ਰਿਆ ਇੰਨੇ ਪੈਸੇ ਆ ਹੂੰ ਫੇ ਤੁਹਾਨੂੰ ਸਾਡੇ ਫੀ ਹੈਗੇ 1000 ਪਰ ਹਫਤੇ ਦੇ ਫੇ ਸਾਨੂੰ ਦੇਨੇ ਪੈਣਾ ਜੀ ਫੇ ਮੁੰਡੇ ਦਾ ਮੈਨੂੰ ਫੋਨ ਆਇਆ ਕਹਿੰਦੇ ਰਾਜ ਸਿ ਕੀ ਕਰ ਸਕਦੇ ਮੈਂ ਕਿਹਾ ਅਸੀਂ ਡੀਰ ਵੇਰੀਏਸ਼ਨ ਕਰ ਸਕਦੇ ਆ ਜੀ ਤੁਹਾਨੂੰ 2 ਸਾਲ ਦੇ ਵਿੱਚ ਵਿੱਚ ਕਰਨਾ ਪੈਣਾ ਯਾ ਫੇ ਜੇ ਡੈਡ ਨੇ ਲਿਖਿਆ ਸਾਰ ਕੁਝ ਮਮੀ ਨੂੰ ਦੇਣਾ ਪਰ ਗਵਰਨ ਨੇ ਖਾਲੀ ਨੇ ਪੈਸੇ ਫੇ ਅਸੀਂ ਹੁਣ ਇਦਾਂ ਲਿਖਿਆ ਡੈਡੀ ਨੂੰ ਮੁੰਡੇ ਨੂੰ ਨਾਲ ਕੁੜੀ ਨੂੰ ਦੇਣਾ ਅਦਾ ਦਾ ਰਾਈਟ ਤਾਂ ਕਿਫੇ ਜਦੋਂ ਕੈਰ ਵਾਲੇ ਆਉਂਦੇ ਆ ਉਹਨਾਂ ਨੇ ਸੈਸ ਕਰਨਾ ਮومی ਦੇ ਨਾਮ ਤੇ ਕੀਆ ਉਹਨਾਂ ਨੇ ਕਿਹਾ ਕੁਛ ਨਹੀਂ ਜੀ ਫਿਰ ਉਹਨਾਂ ਨੇ ਪੈਸੇ ਦੇਣੇ ਪੈਣੇ ਕਹਿ ਲਏ ਰਾਈਟ ਆਰ ਡੀ ਦਾ ਵੇਰੀਏਸ਼ਨ ਹੁੰਦਾ ਯਾ ਇਟਸ ਜਸਟ ਟੂ ਸੇਵ ਦ ਲਾਸ ਆਫ ਐਕਸਟਰਾ ਮਨੀ ਯਾ ਹਾਂ ਯਾ ਤੇ ਇਹਦੇ ਵਿੱਚ ਕੋਈ ਇਸ देयर एनीथिंग दैट द ਕੇ ਪੀਪਲ ਕੈਨ ਡੂ ਐਸ ਵੈਲ ਟੂ ਟ੍ਰਾਈ ਐਂਡ ਬੈਕ ਟਰਨ ਥੈਟ ਨਹੀਂ ਤਾਂ ਕਿ ਫੇ ਉਹਨਾਂ ਨੇ ਇਹ ਦੇਖਿਆ ਨਹੀਂ ਵੈਲਡ ਵਿੱਚ ਕੀ ਲਿਖਿਆ ਤਾਂ ਕਿ ਉਹਨਾਂ ਨੂੰ ਕੁਝ ਨਹੀਂ ਦਿਖਾਣਾ ਪੈਣਾ ਉਹਨਾਂ ਨੇ ਬਸ ਘੜਾ ਕੇ ਪੁੱਛਣਾ ਹੈ ਨਿਆਣੇ ਨੂੰ ਤਾਂ ਕੀ ਨਾ ਐ ਕੀ ਕੁਝ ਹੈ ਮਮੀ ਡੈਣ ਦੇ ਨਾਂ ਤੇ ਯਾ ਯਾ ওকে ਪਰ ਐਸ ਟਾਈਮ ਤੇ ਤਾਨੂੰ ਥੋੜੀ ਜਿੱਦਾ ਸੋਚ ਕੇ ਤਾਨੂੰ ਦੱਸੋ ਉਹਨਾਂ ਨੂੰ ਜੀ ਇਸ ਆਫ ਦਿ ਬੈਸਟ ਆ ਤੁਸੀਂ ਸਲਿਸਟ ਨੂੰ ਇਨਵੋਲਵ ਕਰੋ ਜਿਹੜੇ ਕੈਸ ਦੇ ਸਪੈਸ਼ਲਾਈਜ਼ ਕਰਦੇ ਆ ਹਮ ਹਮ ਯਾ ਸਾਡੀ ਇੱਕ ਟੀਮ ਹੈਗੀ ਆ ਉਹ ਕਹਿ ਲਈ ਦ ਸਪੈਸ਼ਲਾਈਜ਼ ਕਰਦੇ ਆ ਜੀ ਫਿਰ ਉਹ ਸਾਰੇ ਉਹਨਾਂ ਨਾਲ ਡੀਲ ਕਰਨਗੇ ਯਾ ਔਰ ਯਾ ਜਿਸ ਸਾਡੀ ਟੀਮ ਹੈ ਕੈਰ ਸਪੈਸ਼ਲਿਸਟ ਟੀਮ ਉਸੇ ਉਹਨਾਂ ਨਾਲ ਗੱਲ ਕਰਨਗੇ ਇਹ ਕੈਰ ਬਣਾਣ ਨੂੰ ਉਹ ਸਾਨੂੰ ਪੁੱਛ ਤੁਹਾਨੂੰ ਕੀ ਚਾਹੀਦਾ ਫਿਰ ਉਸ ਟਾਈਮ ਤੇ ਤੁਹਾਡੇ ਡਾਟ ਜਾਂਦੇ ਹਮ ਹਮ ਯਾ ਉਹ ਫਿਰ ਪਿੱਛੇ हट ਜਾਂਦੇ ਆ ਯਾ ਪਰ ਉਹਨਾਂ ਨੇ ਨਿਆਣਿਆਂ ਨਾਲ ਗੱਲ ਕਰਨੀ ਉਹਨਾਂ ਨੇ ਸੋਚਿਆ ਜਿ ਨਿਆਣੂ ਕੀ ਪਤਾ ਹੂੰ ਯਾ ਯਾ ਸੋ ਇਟਸ ਜਸਟ ਟੂ ਕੀਪ एवरीथिंग ਸਿਕਰ ਸਾਰਾ ਕੁਝ ਸਿਕਰ ਰਵੇ ਸਾਰਾ ਕੁਝ ਸੇਫ ਰਵੇ ਇਹੀ ਸਾਡਾ ਮਕਸਦ ਹੁੰਦਾ ਜਦੋਂ ਵੀ ਆਪਾਂ ਇਦਾਂ ਦਾ ਸ਼ੋਅ ਕਰਦੇ ਹੁੰਦੇ ਆ ਦਰਸ਼ਕਾਂ ਲਈ ਸੰਗਤਾਂ ਲਈ ਇਦਾਂ ਦਾ ਆਪਾਂ ਐਡਵਾਈਸ ਦੇਣਾ ਚਾਹੁੰਦੇ ਹੁੰਦੇ ਆ ਤਾਂ ਕਿ ਤੁਹਾਡੇ ਜਿਹੜਾ ਸਮਾਨ ਆ ਉਹ ਸੁਰੱਖਿਅਤ ਰਹੇ ਉਹ ਸੇਫ ਰਹੇ ਤੇ ਕੋਈ ਤੁਹਾਡੇ ਜਾਣ ਤੋਂ ਬਾਅਦ ਕੋਈ ਇਦਾਂ ਦਾ ਕੋਈ ਤੁਹਾਡੇ ਸਮਾਨ ਨਾਲ ਪ੍ਰੋਬਲਮ ਨਾ ਕਰੇ ਤਾਂ ਕਿ ਤੁਹਾਡੇ ਜਿਹੜੇ ਹੋਰ ਜਿਹੜੇ ਤੁਹਾਡੇ ਘਰ ਤੇ ਮਸਲੇ ਹੈਗੇ ਆ ਉਹ ਵੱਧ ਜਾਣ ਜਾਂ ਘਟ ਜਾਣ So, unnapagal kaardena right to occupy, uh, right to occupy. i um, um, don't really know much about it, um, but you know what? What can you tell us about it, really? So jira a right to occupy that or trust hunda? Yes. Jee. So ek whole example denda. Um, Uncle ne banana si will. Right. Will they see or grandson no? Sorry kaardena si grandson no. Okay. Par oda oda son na le o the wife or hale o terenda ya. Acha. ਅੰਕਲ ਜੀ ਕਹਿੰਦੇ ਸੀ ਮੇਰੇ ਬਾਅਦ ਚ ਮੈਂ ਆਪਣੇ ਗ੍ਰਾਂਸਨ ਨੂੰ ਦੇਣਾ ਪਰ ਮੇਰਾ ਸਨ ਨਾਲੇ ਮੇਰੀ ਡੌਟਰ ਲੋ ਉਹ ਘਰ ਰਹਿ ਸਕਦੇ ਆ ਅੱਛਾ ਕੋਈ ਕੱਢ ਨਹੀਂ ਸਕਦਾ ਯਾ ਆਹ ਕਹਿੰਦੇ ਰਾਟ ਆਕਿਪਾਈਡ ਟਰਸਟ ਹੈ ਰਾਈ ਯਾ ਆਹ ਟਰਸਟ ਹੁੰਦਾ ਤਾਂ ਕਿ ਫੇਰ ਜੇ ਗ੍ਰਾਂਸਨ ਨੇ ਵਿਆਹ ਕਰ ਲਿਆ ਫਿਊਚਰ ਦੇ ਵਿੱਚ ਨਾਲੇ ਉਹਦੀ ਵਾਈਫ ਕਹਿੰਦੀ ਨਹੀਂ ਨਹੀਂ ਮਮਿਡੈਨ ਨੂੰ ਕੱਢ ਹੂੰ ਫੇਰ ਉਹ ਪ੍ਰੋਟੈਕਸ਼ਨ ਮਿਲ ਗਿਆ ਕੋਈ ਨਹੀਂ ਕੱਢ ਸਕਦਾ ਅੱਛਾ ਯਾ ਆ ਕਾਫੀ ਵੱਡਾ ਡਾਰਸੀ ਉਹ ਅੰਕਲ ਜੀ ਦਾ ਯਾ ਉਹ ਕਹਿੰਦੇ ਯਾਨੀ ਮੈਂ ਮੈਂ ਚਾਹੁੰਦਾ ਨਹੀਂ ਕਿ ਇਸ ਇਹਨਾਂ ਨੂੰ ਕੱਢਣ ਘਰ ਇਹਨਾਂ ਦਾ ਵੀ ਘਰ ਆ ਪਰ ਮੈਂ ਆਪਣੇ ਗ੍ਰੈਂਡਸਨ ਨੂੰ ਦੇਣਾ ਜੀ ਯਾ ਫॉर ਆਰ ਟ੍ਰਸਟ ਬਣਾਇਆ ਰਾਈਟ ਆਰ ਰਾਈਟ ਟੂ ਓਕਿਪਾਈ ਟ੍ਰਸਟ ਕਹਿੰਦੇ ਆ ওকে ਯਾ ਵਾਟਸ ði ਪ੍ਰੋਸੀਜਰ ਫਾਰ ਦੈਟ ði ਕੀ ਪ੍ਰੋਸੀਜਰ ਸਿੰਪਲ ਆ ਬਸ ਚੋਡੋ ਵੇਲ ਬਣਾ ਤੁਸੀਂ ਮੈਨੂੰ ਦੱਸੋ ਤੁਸੀਂ ਇਹ ਕਿਹਦੇ ਨਾਲ ਲਿਖਣਾ ਜੀ ਪਰ ਤੁਸੀਂ ਇਦਾਂ ক্লোਜ਼ ਵੀ ਪਾ ਸਕਦੇ ਆ ਤੁਸੀਂ ਕਹਿ ਸਕਦੇ ਜ ਜਿਹੜਾ son ਨਾਲੇ ਡਾਟਰ ਉਹਨਾਂ ਨੂੰ ਉਹ ਰਹਿ ਸਕਦੇ ਆ ਤੁਸੀਂ ਲਿਖ ਸਕਦੇ ਆ ਉਹ 2 ਸਾਲ ਹੀ ਰਹਿ ਸਕਦੇ 5 ਸਾਲ ਹੀ ਰਹਿ ਸਕਦੇ 10 ਸਾਲ ਹੀ ਓਥੇ ਲਾਈਫ ਹਮਮ ਯਾ ਯਾ ਇੱਕ ਹੋਰ client ਨੇ ਉਹ ਉਹ ਕਹਿੰਦੀ ਸੀ ਮੈਂ ਮੁੰਡੇ ਨੂੰ ਦੇਣਾ ਹਮਮ ਨਹੀਂ ਸੋਰੀ ਮੈਂ ਬॉयਫਰੈਂਡ ਨੂੰ ਦੇਣਾ اچھا ਘਰ ਹੈਗਾ ਮੁੰਡੇ ਦਾ اچھا ਉਹ ਕਹਿੰਦੀ ਬॉयਫਰੈਂਡ ਇਹ ਰਹਿ ਸਕਦਾ ਪਰ ਜੇ ਬॉयਫਰੈਂਡ ਨੇ ਨਵੀਂ ਗਰਲਫ੍ਰੈਂਡ ਲੈ ਕੇ ਆਇਆ اچھا ਫਿਰ ਔਰ ٹرسٹ ਬੰਦ ਹੋ ਜਾ ਫਿਰ ਉਹ ਫਿਰ ਉਹ ਨਿਕਲਦਾ ਯਾ ਯਾ ਤੁਸੀਂ ਇਦਾਂ ਕਲੋਜ਼ ਵੀ ਪਾ ਸਕਦੇ ਹੋ ਸੋ ਯੂ ਕੈਨ ਬੇਸਿਕਲੀ ਟੇਲਰ ਇਟ ਜਿੱਦਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਿੱਦਾਂ ਵੀ ਸਿਚੁਏਸ਼ਨ ਆ ਯਾ ਯਾ Okay, yeah. so, के के जिनान ओके। ਯਾ ਸੇ ਬਹੁਤ ਚੰਗੀ ਚੀਜ਼ ਆ ਸਾਨੂੰ ਬਹੁਤ ਗਿਆਨ ਮਿਲਦਾ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਕਈ ਚੀਜ਼ਾਂ ਦੁਨੀਆਵੀ ਹੁੰਦੀਆਂ ਜਿਨ੍ਹਾਂ ਨੂੰ ਜਿਨ੍ਹਾਂ ਦਾ ਗਿਆਨ ਲੈਣਾ ਕਾਫੀ ਔਖਾ ਹੁੰਦਾ ਜਿਹੜੇ ਬੰਦੇ ਪੜ੍ਹੇ ਲਿਖੇ ਆ ਉਹਨਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ ਤੇ ਤਾਂ ਵੀ ਉਹ ਕਈ ਵਾਰੀ ਉੱਚ ਮਿਸਟੇਕ ਕਰ ਲੈਂਦੇ ਹੁੰਦੇ ਆ ਸੋ ਇਸ ਕਰਕੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਆਪਾਂ ਪਹਿਲਾਂ ਉਸ ਸਪੈਸ਼ਲਿਸਟਾਂ ਕੋਲ ਜਾਈਏ ਜਿਨ੍ਹਾਂ ਨੂੰ ਸਾਰੇ ਚੀਜ਼ਾਂ ਬਾਰੇ ਪਤਾ ਹੁੰਦਾ ਇਸ ਕਰਕੇ ਆਪਾਂ ਜਿਹੜਾ ਇਹ ਸ਼ੋ ਇਦਾਂ ਦੇ ਜਿਹੜੇ ਸ਼ੋ ਤੁਹਾਡੇ ਸਾਹਮਣੇ ਰੱਖਦੇ ਹੁੰਦੇ ਆ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕਿੰਦਾ ਸਾਰੇ ਸਿਸਟਮ ਚੱਲਦੇ ਜਾਂਦੇ ਆ ਕਿੰਦਾ ਸਾਰੀਆਂ ਚੀਜ਼ ਤੇ ਮੰਨ ਦੇ ਵਿੱਚ ਕੋਈ ਸਵਾਲ ਹੋਵੇ ਤੁਸੀਂ ਪਲੀਜ਼ ਕਾਲ ਚੰਦ ਨੰਬਰ ਤੇ ਤੁਸੀਂ ਕਾਲ ਕਰਕੇ ਜ਼ਰੂਰ ਪੁੱਛਣਾ ਤਾਂ ਕਿ ਤੁਹਾਡਾ ਸ਼ੰਕਾ ਵੀ ਦੂਰ ਹੋ ਜਾਵੇ ਤੇ ਜੇ ਕਿਸੇ ਹੋਰ ਨੂੰ ਵੀ ਉਹੀ ਸ਼ੰਕਾ ਹੋਵੇ ਤਾਂ ਉਹਨਾਂ ਦਾ ਵੀ ਦੂਰ ਹੋ ਜਾਵੇ ਤੇ ਨਾਲ ਸਾਨੂੰ ਸਾਰਿਆਂ ਨੂੰ ਵੀ ਇਹੋ ਜਿਹਾ ਗਿਆਨ ਮਿਲੇ ਸੋ ਅੱਗੇ ਚੱਲਦੇ ਹਾਂ ਆਬਵੀਅਸਲੀ ਤੁਹਾਡੇ ਸ਼ੋ ਦਾ ਨਾਮ ਇਹ ਹੀ ਆ ਵਿਲ ਸਟਰਸ ਦਾ ਫਿਊਨਰਲ ਪਲੈਨਿੰਗ ਤੇ ਸਵਾਲ ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਕੋਲਰ ਜੁੜੇ ਹੈ ਜੀ ਕੋਲਰ ਨਾਲ ਆਪਾਂ ਗੱਲਬਾਤ ਕਰਦੇ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਹੈਲੋ ਸਸਿਕਾ ਜੀ ਆਪਣਾ ਟੀਵੀ ਦੀ ਆਵਾਜ਼ ਬੰਦ ਕਰਕੇ ਸਾਨੂੰ ਫੋਨ ਦੇ ਉੱਤੇ ਗੱਲ ਕਰੋ ਜੀ ਹੈਲੋ ਸਸਿਕਾ ਜੀ ਸਸਿਕਾ ਜੀ ਕੀ ਪੁੱਛਣਾ ਚਾਹੁੰਦੇ ਜੀ ਟੀਵੀ ਦੀ ਆਵਾਜ਼ ਬੰਦ ਕਰਕੇ ਸਾਨੂੰ ਫੋਨ ਦੇ ਉੱਤੇ ਗੱਲ ਕਰੋ ਹੈਲੋ ਰਾਜ ਜੀ ਨਾ ਮੈਂ ਗੱਲ ਕਰਨੀ ਸੀ ਹਾਂਜੀ ਗੱਲ ਕਰੋ ਜੀ ਹਾਂ ਰਾਜ ਮੈਂ ਗੱਲ ਕਰਨੀ ਸੀ ਮੇਰਾ ਹਸਬੰਦ ਮੋਕ ਗਿਆ ਸੀ ਹਾਂਜੀ ਤੇ ਘਰ ਸੀਗਾ ਉਹ ਹੈਗਾ ਮੁੰਡਿਆਂ ਦੇ ਨਾਂ ਤੇ ਮੇਰੇ ਨਾਂ ਤੇ ਜੇ ਪਹਿਲਾਂ ਮੇਰੇ ਨਾਂ ਤੇ ਬਿਲ ਬਲਉਂਦੀ ਮੈਂ ਕਿਹਾ ਜਾਨ ਮੁੰਡਿਆਂ ਦੇ ਨਾਂ ਤੇ ਕਰ ਦਿੰਦੇ ਕੀ ਉਹਦੇ ਵਿੱਚ ਜੇ ਹੁਣ ਉਹਨਾਂ ਵੀ ਮੈਂ ਤਾਂ ਉਹ ਮੇਰੇ ਨਾਂ ਹੋ ਸਕਦਾ ਏ ਹੋ ਸਕਦਾ ਹੈ ਹਾਂਜੀ ਆ ਮੈਂ ਦੱਸਾਂਗੇ ਤੁਸੀਂ ਇਹ ਮੁੰਡਿਆ ਦਾ ਨਾਮ ਕਰਨਾ ਮੇਰੇ ਨਾਲ ਤਾਂ ਹੋਦਾ ਟੈਕਸ ਤੋਂ ਬਚ ਜਾਈਏ ਜਿੱਦਾਂ ਹਾਂਜੀ ਐ ਸਭ ਤੋਂ ਪਹਿਲਾਂ ਕੋਈ ਮੌਰਗੇਜ ਹੈਗੀ ਆ ਘਰ ਦੇ ਨਹੀਂ ਮੌਰਗੇਜ ਨਹੀਂ ਫ੍ਰੀ ਆ ਓਕੇ ਠੀਕ ਆ बस ਮੁੰਡਿਆ ਦੇ ਪਰਮਿਸ਼ਨ ਚਾਹੀਦੇ ਆ ਇੱਕ ਬਸ ਮੁੰਡਿਆ ਤੇ ਮਮੁੰਡੇ ਦਾ ਗਰੀ ਆ ਠੀਕ ਆ ਫਿਰ ਬਸ ਮੁੰਡਿਆ ਦਾ ਟੈਕਸ ਤਾਂ ਬੰਦ ਵੱਜ ਜਾਂਦਾ ਹੈ ਨਾ ਹਾਂਜੀ ਨਹੀਂ ਫੇ ਤਾਂ ਫਿਰ ਸਿੰਪਲ ਆ ਸਿੰਪਲ ਤਾਂ ਕਿ ਜੋ ਮੁੰਡੇ ਗਰੀ ਕਰਦੇ ਆ ਦੂਜੀ ਗੱਲ ਇਹ ਟੈਕਸ ਜਿੱਦਾਂ ਜੇ ਮੁੰਡਿਆ ਦੇ ਨਾਮ ਤੇ ਰਿਹਾ ਫਿਰ ਟੈਕਸ ਜ਼ਿਆਦਾ ਪੈਣਾ ਨਾ ਯਾ ਇਹਦੇ ਮਨੁਸਾਨਾ ਦੇਖਣਾ ਪੈਣਾ ਘਰ ਦੀ ਵੈਲਿਊ ਕੀ ਆ ਹਾਂ ਹਾਂ ਯਾ ਫਿਰ ਇਹ ਤਾਂ ਇਹ ਸਾਰਾ ਉਹਨਾਂ ਦਾ ਵੀ ਦੇਖਣਾ ਪੈਣਾ ਉਹਨਾਂ ਦਾ ਕਿ ਕਿੰਨਾ ਕੁ ਵੱਡਾ ਸਟੇਟ ਆ ਪਰ ਯਾ ਇਹ ਸਿੰਪਲ ਤਾਂ ਹੈਗਾ ਆ ਆਸਾਬ ਤਾਂ ਹੋ ਸਕਦਾ ਹੈ ਨਾ ਬਿਲਕੁਲ ਹੋ ਸਕਦਾ ਹਾਂਜੀ ਯਾ ਓਕੇ ਉਹ ਤਾਂ ਚਾਹ ਮੈਂ ਲਲਾਂ ਹੈਗਾ 5 3.5 ਦਾ ਹੋਣਾ ਅੱਛਾ ਓਕੇ ਇਹ ਇਹ ਹੋ ਸਕਦਾ ਜੇ ਤੁਸੀਂ ਆਪਣਾ ਇਥੇ ਇਨਫੋਰਮੇਸ਼ਨ ਡਾਟਾ ਰੱਖ ਦਿਓ ਮੈਂ ਤੁਹਾਨੂੰ ਫੋਨ ਕਰ ਦੂੰਗਾ ਮੈਂ ਮੈਨ ਕੋਈ ਨਹੀਂ ਅਸਲ ਦੁਬਾਰਾ ਫੋਨ ਕਰਾਂਗੀ ਮੁੰਡਿਆਂ ਨਾਲ ਗੱਲ ਕਰਦੇ ਹਾਂ ਓਕੇ ਠੀਕ ਹੈ ਜੀ ਬਿਲਕੁਲ ਮੈਂ ਤਾਂ ਰਾਜ ਪੁੱਛਣਾ ਸੀ ਚਲ ਥੈਂਕ ਯੂ ਹੈ ਓਕੇ ਉਹਨਾਂ ਦਾ ਹਾਪੜ ਪਈ ਨਾ ਬੁਣਾਂ ਦੇ ਸੀ ਮੈਂ ਆਪ ਮੇਰੇ ਨਾਂ ਤੇ ਵੀ ਮੈਨੂੰ ਮੈਨੂੰ ਕੀ ਪਤਾ ਨਹੀਂ ਹੁੰਦਾ ਨਾ ਬੰਦੇ ਦਾ ਤੇ ਮੈਂ ਕਿਨਹੀਂ ਲੈ ਆਏ ਨਾਂ ਤੇ ਕਰ ਦੋ ਹਾਂ 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 ਐਸ ਕਰਕੇ ਹੈ ਮੈਂ ਤਾਂ ਹੋਰ ਮੁੰਡੇ ਉਹ ਮੁੱਕ ਗਏ ਆ ਤੇ ਮੁੰਡਿਆ ਨਾਂ ਤੇ ਘਰ ਆ ਮੇਰੇ ਕੋਲ ਇੱਕ ਮੇਰੇ ਤੋਂ ਆਪਣਾ ਘਰ ਹੈਗਾ ਉਦਾਂ ਹਾਂਜੀ ਇਹ ਮੇਰੇ ਨਾਂ ਹੀ ਆ ਤੇ ਪਰ ਉਹ ਹਸਬੰਦ ਨਾ ਦੇ ਸੀਗਾ ਇਹ ਮੈਨੂੰ ਦਾ ਸਾਰਾ ਦੇਖਣਾ ਪੈਣਾ ਤਾਂ ਕਿ ਹੋ ਸਕਦਾ ਨਾ ਹੋ ਸਕਦਾ ਬਿਲਕੁਲ ਉਸਕਾ ਹਾਂਜੀ ਹਾਂ ਜੀ ਮੈਂ ਥੈਂਕ ਯੂ ਰਾਜੀ ਹਾਂ ਉਹ ਟੈਕਸ ਤਾਂ ਵੀ ਬਰਬਾਜੂ ਨਹੀਂ ਤੋ ਦਾ ਟੈਕਸ ਜ਼ਿਆਦਾ ਪੂਹਣਾ ਹਾਂਜੀ ਜੀ ਮੁੰਡਿਆਂ ਦੇ ਨਾਮ ਤੇ ਰਿਹਾ ਤਾਂ ਟੈਕਸ ਜ਼ਿਆਦਾ ਪੂਹਗਾ ਇਹ ਤਾਂ ਕਿ ਹੁਣ ਤੁਸੀਂ ਦੇਖੋ ਜੇ ਮੁੰਡਿਆਂ ਦਾ ਉਹਨਾਂ ਦੇ ਆਪ ਜਿਹਦਾ ਪ੍ਰੋਪਰਟੀ ਪੈਸੇ ਆ ਹੁਣ ਤੁਹਾਡੇ ਹੁਣ ਉਹ ਨਵੀਂ ਵੱਡੀ ਪ੍ਰੋਪਰਟੀ ਆ ਗਈ ਉਹਨਾਂ ਦਾ ਹੁਣ ਉਹਨਾਂ ਦਾ ਸਟੇਟ ਵੱਧ ਗਿਆ ਫਿਰ ਮੈਨੂੰ ਦੇਖਣਾ ਪੈਣਾ ਕਿੰਨਾ ਕੁ ਵਧਿਆ ਜੇ ਉਹਨਾਂ ਦਾ ਟੈਕਸ ਲੱਗਣਾ ਜਨੇ ਅਮਰੀਕਾ ਆ ਹਾਂਜੀ ਇੱਕ ਮੁੰਡਾ ਇੱਥੇ ਅਮਰੀਕਾ ਆ ਅੱਛਾ ਯਾ ਯਾ ਫਿਰ ਅਸੀਂ ਤੁਸੀਂ ਆਪਰੇ ਮੁੰਡੇ ਨਾਲ ਗੱਲ ਕਰ ਲਓ ਫਿਰ ਮੈਨੂੰ ਫੋਨ ਕਰ ਦਿਓ ਫਿਰ ਮੈਂ ਤੁਹਾਨੂੰ ਮਿਲ ਕੇ ਜਾਂ ਫੋਨ ਤੇ ਅਸੀਂ ਗੱਲ ਕਰ ਸਕਦੇ ਓਕੇ ਯਾ ਓਕੇ ਧੰਨਵਾਦ ਜੀ ਤੁਹਾਡਾ ਬਹੁਤ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸੋ ਸਾਡੇ ਕੋਲ 1 ਮਿੰਟ ਦਾ ਸਮਾਂ ਰਹਿੰਦਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਸੋ ਆਪਾਂ ਗੱਲ ਕਰਦੇ ਸੀ ਫਿਊਨਰ ਪਲਾਨਸ ਬਾਰੇ ਫਿਊਨਰ ਪਲਾਨਸ ਦਾ ਜਨਰਲ ਕੀ ਕੀ ਉਹਨਾਂ ਦਾ ਸਿਸਟਮ ਹੁੰਦਾ ਸੋ ਜੇ ਫਿਊਨੋ ਬਣਾ ਬਹੁਤ ਸਿੰਪਲ ਜੇ ਤੁਸੀਂ ਫਿਊਨੋ ਪਲਾਨ ਬਣਾਇਆ ਉਹ ਫਿਊਨੋ ਦੇ ਕਾਸਟ ਫ੍ਰੀਜ਼ ਹੋ ਜਾਂਦੇ ਹੈ ਹਾਂ ਜੀ ਇਹ ਬਿਲਕੁਲ ਫ੍ਰੀਜ਼ ਹੋ ਜਾਂਦਾ ਐਮ ਸੇ ਫੋਰ ਇਗਜ਼ੈਂਪਲ ਜੇ ਫਿਊਨੋ ਡਾਇਰੈਕਟਰ ਉਹ 4000 ਆਪਣ ਚਾਰਜ ਕਰਦੇ ਆ ਜੇ ਅੱਜ ਕਿਸੇ ਡੈਥ ਹੋ ਗਈ ਉਹਨਾਂ ਨੇ ਕਿਹਾ ਨਾ 4000 ਆਪਣ ਲੱਗਣਾ ਹੈ ਰਾਈਟ ਜੇ ਤੁਸੀਂ ਫਿਊਨੋ ਪਲਾਨ ਬਣਾਇਆ ਤੁਸੀਂ ਮੰਥਲੀ ਦੇ ਸਕਦੇ ਜਾਂ ਇਕਵਲੀ ਦੇ ਸਕਦੇ 3 1/2000 ਪਾਉਂਡ ਆਹ ਕੇ ਜੇ ਤੁਸੀਂ 3 1/2000 ਪਾਉਂਡ ਦੇ ਤੇ ਅੱਜ ਕੋਲ ਡੈਥ ਹੋ ਗਈ ਤਾਂ 500 ਪਾਉਂਡ ਬਚ ਗਿਆ ਹੂੰ yeah. yeah. So it's all about saving money. Saving that, the safe. not safe. planning the. Yeah. Yeah. ਠੀਕ ਹੈ ਜੀ ਸੋ ਸਾਡੇ ਬ੍ਰੇਕ ਦਾ ਸਮਾਂ ਹੋ ਗਿਆ ਬ੍ਰੇਕ ਤੋਂ ਬਾਅਦ ਵੀ ਅਸੀਂ ਇਹੀ ਗੱਲਾਂ ਜਿਹੜੀਆਂ ਜਾਰੀ ਰੱਖਾਂਗੇ ਸੋ ਤੁਸੀਂ ਦੇਖਦੇ ਰਹੋ ਅਕਾਲ ਚੈਨਲ ਤਾਂ ਕਿ ਤੁਹਾਨੂੰ ਪਤਾ ਹੋਵੇ ਤੇ ਤੁਸੀਂ ਦੇਖਦੇ ਰਹੋ ਅਕਾਲ ਚੈਨਲ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬਦਕਾਲ ਚੰਨ ਦੇਖਦੇ ਸਾਰੇ ਦਰਸ਼ਕਾਂ ਨੂੰ ਮੈਂ ਫਿਰ ਸਵਾਗਤ ਕਰਦਾ ਜੀ ਅਕਾਲ ਐਡਵਾਈਸ ਪੀਰੀਅਡ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਸਾਡੇ ਨਾਲ ਹਮੇਸ਼ਾ ਰਾਜਪਾਜੀ ਜਿਹੜੇ ਬਿਲਸ ٹرسٹ ਫਿਊਨਰਲ ਪਲਾਨਿੰਗ ਦੇ ਵਿੱਚ ਦਾ ਸਮਾਤਾ ਕੇ ਅਸੀਂ ਵੀ ਜਿਹੜਾ ਐਡਵਾਈਸ ਲੈ ਸਕੀਏ ਕਿਉਂਕਿ ਇਹੋ ਜਿਹਾ ਐਡਵਾਈਸ ਕਈ ਵਾਰੀ ਸਾਨੂੰ ਕਿਤਾਬਾਂ ਤੋਂ ਨਹੀਂ ਮਿਲਦਾ ਸਾਨੂੰ ਆਨਲਾਈਨ ਨਹੀਂ ਕਦੇ ਸਹੀ ਮਿਲਦਾ ਇਹੋ ਜਿਹਾ ਐਡਵਾਈਸ ਕਈ ਵਾਰੀ ਸਾਨੂੰ ਨਾਲ ਬਹਿ ਕੇ ਬੰਦਾ ਜਿਹੜਾ ਦੱਸ ਸਕਦਾ ਤੇ ਉਹ ਵੀ ਪ੍ਰੋਫੈਸ਼ਨਲ ਬੰਦੇ ਤੋਂ ਆਪਾਂ ਲੈ ਸਕਦੇ ਆ ਤੇ ਸਮਝ ਕੇ ਜਿਆਦਾ ਵਧੀਆ ਰਹਿੰਦਾ ਸੋ ਸਾਡੀ ਕੋਸ਼ਿਸ਼ ਹਮੇਸ਼ਾ ਹੁੰਦੀ ਆ ਕਿ ਤੁਹਾਡੇ ਸੰਗਤਾਂ ਕੋਲ ਵੱਧ ਤੋਂ ਵੱਧ ਜਿਹੜਾ ਸਭ ਤੋਂ ਬੈਸਟ ਜਿਹੜਾ ਆ ਸੀਓ ਨਾਲ ਤਾਂ ਕਾਡਵਾਈਸ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਸਵਾਲ ਜਿਹੜੇ ਹੁੰਦੇ ਆ ਉਹ ਦੂਰ ਹੋ ਜਾਣ ਕੋਈ ਸ਼ੰਕਾ ਉਹਨਾਂ ਦਾ ਦੂਰ ਹੋ ਜਾਵੇ ਤੁਸੀਂ ਵੀ ਪਲੀਜ਼ ਟਰਾਈ ਕਰਨਾ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਤੁਸੀਂ ਪਲੀਜ਼ ਅਕਾਲ ਚੰਦ ਨੰਬਰ ਤੇ ਜਿਹੜਾ ਸਕਰੀਨ ਦੇ ਥੱਲੇ ਲੱਗਾ ਹੋਇਆ ਹੈ ਉੱਤੇ ਕਾਲ ਕਰਕੇ ਤੁਸੀਂ ਪਲੀਜ਼ ਆਪਣਾ ਜ਼ਰੂਰ ਕੋਈ ਨਾ ਕੋਈ ਆਪਣਾ ਜਿਹੜਾ ਕੁਐਸਚਨ ਪੁੱਛਣਾ ਤਾਂ ਕਿ ਅਸੀਂ ਕੋਈ ਵੀ ਸ਼ੰਕਾ ਜਿਹੜਾ ਹੋਵੇ ਦੂਰ ਕਰੀਏ ਤੇ ਕੋਈ ਵੀ ਜਿਹੜਾ ਸੰਗਤਾਂ ਦਾ ਸਵਾਲ ਹੋਵੇ ਉਹ ਆਪਾਂ ਦੇ ਲਈਏ ਸੋ ਹੁਣ ਆਪਾਂ ਗੱਲ ਸ਼ੁਰੂ ਕਰਦੇ ਆ ਆਬਵੀਅਸਲੀ ਤੁਸੀਂ ਬ੍ਰੇਕ ਦੇ ਵਿੱਚ ਮੈਨੂੰ ਦੱਸ ਰਏ ਸੀ ਕਿ ਕਈ ਸਿਸਟਮ ਕਈ ਅਲੱਗ ਹੈਗੇ ਆ ਐਕਸਕਲੂਜ਼ਨ ਦੇ ਵੀ ਕਿ ਜੇ ਕਿਸੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਐਕਸਕਲੂਡ ਨਹੀਂ ਕਰਨਾ ਪਰ ਉਹਨੂੰ ਪੈਸੇ ਦੇਣੇ ਆ ਸਹੀ ਤਰੀਕੇ ਨਾਲ ਤਾਂ ਕਿ ਉਹ ਗਲਤ ਵਰਤੋਂ ਨਾ ਕਰੇ ਉਹਨਾਂ ਪੈਸਿਆਂ ਦੀ ਉਹ ਫਿਰ ਕਿੱਦਾਂ ਹੋ ਸਕਦਾ ਜਿਹਦਾ ਇੱਕ ਐਗਜ਼ਾਮਪਲ ਦਿੰਦਾ ਇੱਕ ਕਸਟਮਰ ਦਾ ਦੇਖ ਮਿਲਣ ਗਿਆ ਸੀ ਲਾਸਟ ਈਅਰ ਜੀ ਉਹ ਕਹਿੰਦੇ ਸਾਡੇ ਦੋ ਬੇਟੇ ਆ ਐਮ ਪੰਜ ਇੱਕ ਮੁੰਡਾ ਉਹ ਪੀਂਦਾ ਬਹੁਤ ਆ ਜਿਹਦਾ ਅਲਕੋਹਲਿਕ ਆ ਰਾਈਟ ਉਹ ਕਹਿੰਦੇ ਉਹਨੂੰ ਐਕਸਕਲੂਡ ਨਹੀਂ ਕਰਨਾ ਪਰ ਉਹਨੂੰ ਜਿਹਦਾ ਪੈਸੇ ਦੇਣੇ ਆ ਪਰ ਅਸੀਂ ਕਿੱਦਾਂ ਦੇ ਸਕਦੇ ਤਾਂ ਕਿ ਵੀ ਜੇ ਅਸੀਂ ਉਦਾਂ ਦੇਤੇ ਆ ਫਿਰ ਉਹਨੇ ਤਾਂ ਸਾਰੇ ਪੀ ਲੈਣੇ ਆਹ ਯਾ ਯਾ ਫਿਰ ਇੱਕ ਹੈਗਾ ਸੋਲੂਸ਼ਨ ਦਾ ਹੈਗਾ ਅੱਧਾ ਦੇ ਦੇ ਦੋ ਜਿਹੜਾ ਜਿਹੜਾ ਮੁੰਡਾ ਹੈ ਕਿ ਜਿਹੜਾ ਪਿੰਦਾ ਉਹ ਤੁਸੀਂ ਟਰਸਟ ਦੇ ਵਿੱਚ ਪਾ ਦੋ। ਅੱਛਾ ਟਰਸਟ ਹੈਗਾ ਪੈਸੇ ਤਾਂ ਉਹਦੇ ਆ। ਯਾ। ਪਰ ਤਾਨੂੰ ਜਿੱਦਾਂ ਬੈਂਕ ਅਕਾਊਂਟ ਦੇ ਵਿੱਚ ਤੁਸੀਂ ਪੈਸੇ ਪਾਏ ਆ। ਪਰ ਹੋਰ ਜੋ ਟਰਸਟੀ ਕਹਿੰਦੇ ਆ। ਓਕੇ। ਦੂਜਾ ਮੁੰਡਾ ਟਰਸਟੀ ਹੋ ਸਕਦਾ। ਜੀ। ਨਾਲੇ ਹੋਰ ਕੋਈ ਟਰਸਟੀ ਹੋ ਸਕਦਾ ਜਿਹੜਾ ਮੈਂ ਟਰਸਟੀ ਹੋ ਸਕਦਾ। ਯਾ। ਯਾ। ਫਿਰ ਉਹ ਨਾਲੇ ਸਾਰੀਲੀ ਕੰਟਰੋਲ ਕਰਨੇ ਉਹਦੇ ਲਈ। ਠੀਕ ਆ ਯਾ ਜੇ ਉਹਨੂੰ ਪੈਸੇ ਚਾਹੀਦੇ ਆ ਸ਼ਾਪਿੰਗ ਲਈ ਯਾ ਫਿਰ ਅਸੀਂ ਪੈਸੇ ਕਢਾ ਕੇ ਉਹਨੂੰ ਦੇ ਸਕਦੇ ਆ ਅੱਛਾ ਹੂੰ ਤੇ ਜੇ ਉਹ ਕਿਸੇ ਹੋਰ ਵਾਰ ਤੋਂ ਉਹਨੇ ਕਰਨੀਆਂ ਤਾਂ ਉਹ ਫਿਰ ਨਹੀਂ ਮਿਲ ਸਕਦੇ ਉਹ ਨਹੀਂ ਤਾਂ ਸਾਂ ਯਹੀ ਹੈ ਉਹ ਜਿੰਨੇ ਮਰਜ਼ੀ ਕਢਾ ਸਕਦਾ ਜੇ ਟਰਸਟ ਦੇ ਵਿੱਚ ਨਹੀਂ ਆ ਵਾ ਫਿਰ ਆਹ ਦਾ ਪ੍ਰੋਟੈਕਸ਼ਨ ਮਿਲਦੇ ਆ ਟਰਸਟ ਦੇ ਜਸਟ ਟੂ ਮੇਕ ਸ਼ੁਰ ਥੈ ਡਿਡੰਟ ዱ ਵਾਟ ਏਵਰ ਯੂ نو ਥੇ ਵਾਂਟਡ ਟੂ ዱ ਇਨ ਦਾ ਫਰਸਟ ਪਲੇਸ ਯਾ ਐਮ ਤੇ ਇਹ ਨਾਨਾ ਜਿਹੜੀ ਗੱਲ ਜੋੜਦੀ ਆ ਆਬਵੀਸਲੀ ਟਰਸਟ ਟਰਸਟੀ ਤੇ ਐਗਜ਼ੀਕਿਊਟਰ ਦੇ ਵਿੱਚ ਫਰਕ ਹੈਗਾ ਤੇ ਉਹਦਾ ਕੀ ਫਰਕ ਹੁੰਦਾ ਅਸੀਂ ਜਿਹੜਾ ਜੋ ਤੁਸੀਂ ਸਬਤਬਾ ਜੋ ਕਿਸੇ ਡੈਥ ਹੁੰਦੇ ਆ ਜੀ ਐਗਜ਼ੀਕਿਊਟਰ ਦੀ ਰਿਸਪੌਂਸਿਬਿਲਟੀ ਆ ਵਿਲ ਬਣ ਉਹਨਾਂ ਦਾ ਸਾਰਾ ਵਿਲ ਪੜਨਾ ਹੈ ਠੀਕ ਹੈ ਉਹਨਾਂ ਨੇ ਬੈਂਕ ਨੂੰ ਫੋਨ ਕਰਨਾ ਮੌਗੀਜ ਵਾਲੀ ਕੰਪਨੀ ਨੂੰ ਫੋਨ ਕਰਨਾ ਜੀ ਤਾਂ ਕਿ ਫਿਰ ਦੇਖਣਾ ਡੈਥ ਦੇ ਟਾਈਮ ਦੇ ਸਾਰਾ ਕੁਝ ਕੀ ਕੀ ਵੈਲਿਊ ਸੇ ਹਾਂ ਜੀ ਉਹਨਾਂ ਨੇ ਵੈਲਿਊ ਲਿਖਣਾ ਫਿਰ ਗਵਰਨਰ ਨੂੰ ਭੇਜਣਾ ਗਵਰਨਰ ਨੇ ਦੇਖਣਾ ਨੀ ਤਰ ਕੋਈ ਟੈਕਸ ਨਹੀਂ ਦੇਣਾ ਪੈਣਾ ਜਾਂ ਉਹਨਾਂ ਦੇਖਣਾ ਹਾਂ ਤਾਂ 40% ਟੈਕਸ ਹੈ ਇੰਨੇ ਤਾਂ ਉਹ ਦੇਣਾ ਪੈਣਾ ਹੂੰ ਹੂੰ ਜਦੋਂ ਸਾਡੇ ਟੈਕਸ ਦਾ ਪੇ ਕਰਤੇ ਜਿ ਬੈਨੀਫੀਸ਼ੀਅਨ ਨੂੰ ਦੇ ਤਾਂ ਘਰ ਪੈਸੇ ਫੇ ਜੇ ٹرسٹ ਹੈ ਵਿੱਚ ਜੇ ٹرسٹ ਹੈ ਕਿ ਵਿੱਚ ਆ ਫੇ ਉਹਨਾਂ ਨੂੰ ਟਰਸਟੀ ਦੀ ਰਿਸਪੋਨਸਿਬਿਲਟੀ ਦੇ ਦੇਣੀ ਅੱਛਾ ਪਹਿਲਾਂ ਐਗਜ਼ੀਕਿਟਰ ਦੀ ਜ਼ਿੰਮੇਵਾਰੀਆ ਫੇ ਟਰਸਟੀ ਦਾ ਓਕੇ ਤਾਂ ਕਿ ਜੇ ਜਿਹਨੇ ਵਿਲ ਬਣਾਈ ਜੇ ਉਹ ਕਹਿੰਦੇ ਮੁੰਡਿਆਂ ਨੂੰ ਦਾ ਜਿਹੜਾ ਐਗਜ਼ਾਮਪਲ ਦਿੱਤਾ ਸੀ ਮੁੰਡਾ ਪਿੰਦਾ ਬਹੁਤ ਹੈ ਜੀ ਐਗਜ਼ੀਕਿਊਟਰ ਨੇ ਟਰਸਟ ਸਾਰਾ ਸ਼ੁਰੂ ਕਰਨਾ ਯਾ ਜੋ ਬਣ ਗਿਆ ਫਿਰ ਟਰਸਟੀ ਦਾ ਕੰਮ ਛਡੋ ਆਈ ਸੀ ਦਾ ਦੈਟਸ ਅ ਡਿਫਰੈਂਸ ਠੀਕ ਆ ਹਾਂ ਜੀ ਸੋ ਸੰਗਤਾਂ ਨੂੰ ਵੀ ਇਹੀ ਬੇਨਤੀ ਆ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੋਵੇ ਪਲੀਜ਼ ਅਕਾਲ ਚੰਦਰ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਕੁਐਸਚਨ ਜ਼ਰੂਰ ਪੁੱਛਿਓ ਤਾਂ ਕਿ ਅਸੀਂ ਸ਼ੰਕਾ ਵੀ ਤੁਹਾਡਾ ਦੂਰ ਕਰਦੀਏ ਤੇ ਜਿਹੜਾ ਗਿਆਨ ਉਹ ਚੋਂ ਮਿਲਦਾ ਉਹ ਵੀ ਸਾਨੂੰ ਪ੍ਰਾਪਤ ਹੋਵੇ ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਫਿਊਨਰ ਪਲਾਨਸ ਦੀ ਆਪਾਂ ਜਿਹੜੀ ਗੱਲ ਬ੍ਰੇਕ ਤੋਂ ਪਹਿਲਾਂ ਆਪਾਂ ਸ਼ੁਰੂ ਕੀਤੀ ਸੀ ਕਿ ਫਿਊਨਰ ਪਲਾਨਸ ਹੁੰਦਾ ਕੀ ਆ ਫਿਊਨਰ ਪਲਾਨਸ ਦੇ ਵਿੱਚ ਨਾਲ ਜੁੜਦੀ ਗੱਲ ਜਿਹੜੀ ਫਿਊਨਰ ਵਿਸ਼ਸ ਦੀ ਤੇ ਉਹਦਾ ਕੀ ਸਿਸਟਮ ਹੁੰਦਾ ਸੋ ਜਿਹੜਾ ਫਿਊਨਰ ਪਲਾਨ ਦੇ ਵਿੱਚ ਤਾਂ ਐਵਰੀ ਵੀਕ ਯੂ نو ਜੋ ਮੈਂ ਲਾਈਵ ਤੇ ਸ਼ੋਅ ਹੁੰਦਾ ਮੈਂ ਇੱਕ ਫਿਊਨਰ ਪਲਾਨ ਐਕਸਪਲੇਨ ਕਰਦਾ ਜੀ ਪਰ ਹੁਣ ਤਾਂ ਜਿੱਦਾਂ ਐਸ ਟਾਈਮ ਦਾ ਹੁੰਦਾ ਵੈਰੀ ਇੰਪੋਰਟੈਂਟ ਹੈ ਯਾ ਸੋ ਐਦਾ ਫਿਊਨਰ ਪਲਾਨ ਹੈਗਾ ਸੋ ਜੇ ਕਿਸੇ ਦਾ ਫੋਨ ਆ ਕਿੰਨੇ ਮੈਂ ਫਿਊਨਰ ਪਲਾਨ ਬਣਾਣਾ ਮੈਨੂੰ ਥੋੜਾ ਇਨਫੋਰਮੇਸ਼ਨ ਦੇ ਜੀ ਦੋ ਆਪਸ਼ਨ ਹੈ ਕਿ ਤੁਹਾਡੇ ਤੁਸੀਂ ਇੱਕ ਵਾਰੀ ਦੇ ਸਕਦੇ ਜਾਂ ਤੁਸੀਂ ਮੰਥਲੀ ਕਿਸ਼ਤ ਤੇ ਦੇ ਸਕਦੇ ਵਾਹ ਜੀ ਤੁਸੀਂ ਇੱਕ ਵਾਰੀ ਦੇਤੇ ਜਾਂ ਤੁਸੀਂ ਡਿਪੋਜ਼ਿਟ ਦੇਤਾ ਜੀ ਤੁਸੀਂ ਮੰਥਲੀ ਦੇਤਾ ਡਿਪੋਜ਼ਿਟ ਦੇਣਾ ਪੈਣਾ ਤਾਂ ਸਪੌਂਡ ਦਾ ਯਾ ਜੋ ਵੀ ਤੁਸੀਂ ਟੱਚ ਪਾਉਂਦੇ ਡਿਪੋਜ਼ਿਟ ਦਿੱਤਾ ਫਿਊਨਲ ਦੇ ਪਲਾਨ ਦੇ ਪ੍ਰਾਈਸ ਫ੍ਰੀਜ਼ ਹੋ ਗਿਆ। ਓਕੇ। ਯਾ। ਇਟ ਇਸ ਫ੍ਰੋਜ਼ਨ। ਓਕੇ। ਜੇ ਤੁਸੀਂ ਅੱਜ 254 ਮਹੀਨੇ ਦੇਤਾ ਨੈਕਸਟ ਵੀਕ ਤਾਂ ਡੈਥ ਹੋ ਗਈ। ਹਮ ਹਮ। ਜਿਹੜੇ ਵੀ ਪਲਾਨ ਦੇ ਵਿੱਚ ਪ੍ਰਾਈਸ ਆ ਤੁਸੀਂ ਉਹ ਦੇਣੀ। ਨੈਕਸਟ ਤੁਸੀਂ ਫਿਊਨ ਡਾਇਰੈਕਟ ਦੀ ਪ੍ਰਾਈਸ ਨਹੀਂ ਦੇਣੀ। ਵਾਈ? ਜੇ ਫਿਊਨ ਡਾਇਰੈਕਟ ਚਾਰਜ ਕਰਦਾ 10000 ਪਾਉਂਡ। ਯਾ। ਨਾਲੇ ਤੁਸੀਂ ਆ ਪਲਾਨ ਬਣਾਇਆ 35000 ਪਾਉਂਡ ਦਾ ਪਰ ਤੁਸੀਂ ਐਵਰੀ ਮਹੀਨੇ ਸ਼ੁਰੂ ਕਰਨਾ। ਯਾ। ਤੁਸੀਂ 3.5 ਹਜ਼ਾਰ ਪਾਉਣ ਦੇਣੇ 10 ਹਜ਼ਾਰ ਪਾਉਣੀ ਦੇਣਾ ਰਾਈ ਸੋ ਉਸ ਤੋਂ ਬਲੇ ਫ੍ਰੀਜ਼ ਹੋ ਜਾਂਦਾ ਓਕੇ ਯਾ ਯਾ ਸੋ एवरीथिंग ਇਜ਼ ਓਲਰੇਡੀ ਲੌਕਡ ਲੌਕ ਹੋ ਜਾਂਦਾ ਯਾ ਸੋ ਇਟ ਲਿਟਰਲੀ ਇਜ਼ ਲੌਕਡ ਸੂਨ ਜੂ ਮੇਕ ਦੈਟ ਡਿਪੋਜ਼ਿਟ ਪੇਮੈਂਟ ਜਦ ਤੁਸੀਂ ਇਕਵਰੀ ਦੇ ਦਿੱਤੇ ਪਾਸੇ ਦੈਟ ਸੇ ਇਜ਼ ਲੌਕਡ ਆਪਰਾਈਸ ਲੌਕ ਹੋ ਜਾਂਦਾ ਓਕੇ ਇਟ ਫ੍ਰੀਜ਼ਸ ਯਾ ਯਾ ਆਹ ਗਾਫਾ ਦਾ ਐਲ ਕੈਦਰ ਹਾਂਜੀ ਯਾ ਤਾਂ ਕਿ ਕੋਈ ਪਤਾ ਨਹੀਂ ਯਾਨੀ ਤੱਕ ਜਦੋਂ ਟਾਈਮ ਆ ਗਿਆ ਯਾ ਜਿਹੜੇ ਬਾਕੀ ਪਰਵਾਨ ਲੈ ਉਹਨਾਂ ਲਈ ਇਕ ਕੁਰੀ ਦੇ ਨੇ ਪਾਸੇ ਓਕਾ? ਯਾ ਬਿਲਕੁਲ ਬਿਲਕੁਲ ਓਕਾ। ਯਾ ਜੇ 5000 ਪੌਂਡ ਜਾਂ 7 8 ਇਹਨੇ ਦੱਸਿਆ ਆਪਣ ਫਿਊਨੂ ਡਾਕਟੈਂ ਕਹਿਣਾ ਪਹਿਲਾਂ ਸਭ ਤੋਂ ਪਹਿਲਾਂ ਫਿਊਨੂ ਦੇ ਪਰ ਸਾਨੂੰ ਡਿਪੋਜ਼ਿਟ ਦਿਓ। ਹਮ ਹਮ 10 20 30% ਦਾ ਡਿਪੋਜ਼ਿਟ ਜਦੋਂ ਫਿਊਨੂ ਹੋ ਗਿਆ ਉਹਨਾਂ ਨੇ ਤੁਹਾਨੂੰ ਬਿੱਲ ਭੇਜਣਾ ਸੀ ਨੇ ਆ ਤੁਹਾਨੂੰ 7000 8000 ਪੌਂਡ ਦਾ ਇਹਦਾ ਜੀ ਪਰ ਆ ਚਾਹੀਦੇ ਫੇਰ ਤੁਹਾਨੂੰ ਆਸ ਦੇ ਹੋਗੇ। ਓਕੇ ਯਾ ਯਾ ਸੋ ਇਟਸ ਜਸਟ ਟੂ ਕੀਪ ਏਵਰੀਥਿੰਗ ਯੂ ਨੋ ਸਿਕਯੂਰ ਸੇਫ ਐਂਡ keep yeah. everyone happy that's it yeah. simple no? tha, ke, je, de ho na to dekho taaki je kisi di death hoye mummy daddy di wife di husband di us time de je death mithan example ghar death ho gayi ambulance wale aage ghar yeah ohna ne sab to pehla puchna tusi funeral directive choose kita hm mm hm family ne da distress vich hona yeah. ohna ne kehna nahi sa pata nahi phir funeral uh, ambulance wale ne, google te jaake funeral local funeral director search karna yeah ohna ne idda dekhna jehda top te aa ਉਨਨਾਂ ਨੂੰ ਫਿਰ ਫੋਨ ਕਰਨਾ ਹਾਂ ਤੁਸੀਂ ਫੋਨ ਕਰੋ ਉਹ ਸਭ ਤੋਂ ਮਹਿੰਗਾ ਹੋ ਸਕਦਾ ਹੈ ਯਾ ਐਗਜ਼ੈਕਟਲੀ ਯਾ ਇਟਸ ਨਾਟ ਵਾਰਥ ਦ ਰਿਸਕ ਇਟਸ ਨਾਟ ਬੈਕ ਕਿ ਥੈਟਸ ਵਾਈ ਤੁਸੀਂ ਤੁਸੀਂ ਪਲਾਨ ਇੰਨਾ ਕਿਤਾ ਪਲਾਨ ਫਿਰ ਤਾਂ ਸਿੰਪਲ ਆ ਵੈਰੀ ਈਜ਼ੀ ਯਾ ਯਾ ਸੋ ਜਸਟ ਜਿੱਦਾਂ ਹੁਣ ਅਸੀਂ ਫਿਊਨਲ ਪਲਾਨ ਦੀ ਗੱਲ ਕੀਤੀ ਜਦ ਵੀ ਫਿਊਨਲ ਪਲਾਨ ਤੁਸੀਂ ਬਣਾਇਆ ਤਾਂ ਤੁਹਾਨੂੰ ਫਿਊਨਲ ਵਿਸ਼ਸ ਪਲਾਨ ਵੀ ਮਿਲਦਾ ਨਾਲ ਯਾ ਉਹਦੇ ਵਿਸ਼ਸ ਆ ਤੁਸੀਂ ਆਪਣੇ ਤੁਸੀਂ ਜੋ ਵੀ ਵਿਸ਼ਸ ਆ ਤੁਸੀਂ ਲਿਖ ਸਕਦੇ ਆ ਹਮ ਹਮ ਕਿਦਾਂ ਕੱਪੜੇ ਪਾਣੇ ਕਿਹੜੀ ਸ਼ਬਦ ਗਾਣੇ ਜੇ ਤੁਸੀਂ ਚਾਹੁੰਦੇ ਆ ਜੇ ਬੋਡੀ ਘਰਾਂ ਜੇ ਸਿੱਧਾ ਕਰੀਮੈਟੋਰੀਅਮ ਤੁਸੀਂ ਲਿਖ ਵੀ ਸਕਦੇ ਆ ਮੇਰੇ ਨਾਲੇ ਮੇਰੀ ਆ ਰਹਿਣਾ ਸਾਸਨਾ ਜਾਂ ਮਾਸਿੱਦ ਕੋਈ ਨਾ ਬੰਦੇ ਨੇ ਮੈਂ ਚਾਹੁੰਦੇ ਆ ਉਹ ਨਹੀਂ ਆ ਫਿਊਨਲ ਤੇ ਤੁਸੀਂ ਇਦਾਂ ਵੀ ਸਾਰਾ ਲਿਖ ਸਕਦੇ ਆ ਰਾਈਟ ਯਾ ਲਿਖ ਸਕਦੇ ਆ ਬਟ ਇਟਸ ਨੋਟ ਲੀਗਲੀ ਬਾਈਂਡਿੰਗ ਆਈ ਸੀ ਆ ਤੁਹਾਡੇ ਵਿਸ਼ੇਸ ਯਾ ਯਾ ਵਿਸ਼ੇਸ ਆ ਤੇ ਸਾਰਾ ਤੁਸੀਂ ਲਿਖ ਸਕਦੇ ਆ ਜੇ ਤੁਸੀਂ ਚਾਹੁੰਦੇ ਆ ਨਿਆਣੇ ਨੂੰ ਆ ਤੁਹਾਡੀ ਦਾ ਬੋਡੀ ਤਾਂ ਦੇਖਣ ਫਿਊਨ ਰਾਈਟ ਤੇ ਜੀ ਜੀ ਕਨ ਰਾਈਟ 올 ਆਫ दैट ਡਾਊਨ ਰਾਈਟ ਯਾ ਐਂਡ ਇਜ਼ देयर ਅ ਵੇ ਟੂ ਮੇਕ ਦੈਟ ਲੀਗਲੀ ਬਾਈਂਡਿੰਗ ઓ ਨਾ ਇਟਸ ਜਸਟ ਯਾ ਇਟਸ ਜਸਟ ਨਾ ਲੀਗਲੀ ਬਾਈਂਡਿੰਗ ਜਿਹੜਾ ਵਿਸ਼ੇ ਜੇ ਕੋਈ ਕਹਿੰਦਾ ਐ ਇਦਾਂ ਕਰੀਦਾ ਤੈਨੂੰ ਨਹੀਂ ਬਦੂ ਵਾਲੀ ਛੋਟੀ ਆ ਆ ਇਦਾਂ ਨਹੀਂ ਇਦਾਂ ਨਹੀਂ ਕਰੀਦਾ ਫਿਰ ਜਿਹੜੇ ਉਹ ਜਿਹੜੇ ਵਿਸ਼ੇ ਹੈਗੇ ਉਹ ਦੇ ਸਕਦੇ ਆ ਆ ਦੇਖੋ ਸਾਡੀ ਮੰਮੀ ਦੀ ਵਿਸ਼ੇ ਦਾ ਡੈਡੀ ਦੀ ਵਿਸ਼ੇ ਆ ਦੇਖੋ ਫਿਰ ਫਿਰ ਬਾਕੀ ਦੀ ਫਾਮੇ ਥੋੜੇ ਪਿਛੇ ਹਟ ਜਾਂਦੇ ਆ ਹਾਂ ਜੀ ਯਾ ਫੇ ਨਿਆਣੇ ਲਈ ਜਾਂ ਪਰਵਾਰ ਲਈ ਥੋੜਾ ਈਜ਼ੀ ਰਹਿੰਦਾ ਬਾਤ ਚੈ। ਦੈਟਸ ਵਾਈ ਫਿਊਨਲ ਵਿਸ਼ਸ ਆ ਮੈਂ ਤੁਹਾਨੂੰ ਫਾਰਮ ਦੇਣਾ ਤੁਸੀਂ ਆਪੇ ਨਾ ਲਿਖ ਲਓ। ਹਮ ਹਮ। ਯਾ। ਯਾ ਸੋ ਇਟਸ ਜਸਟ ਯੂ ਨੋ ਕੀਪਿੰਗ एवरीथिंग ਸੇਫ ਨਾਟ ਵਰਥ ਦ ਰਿਸਕ ਜਸਟ ਡੋਨਟ ਰਿਸਕ ਐਨੀਥਿੰਗ ਇਨ ਦ ਫਰਸਟ ਪਲੇਸ ਇਨ ਯਾ। ਸੋ ਇਟ ਦ ਨਾਲ ਜਿਹੜੀ ਜੁਰ ਦੀ ਗੱਲ ਆਪਾਂ ਜੇ ਆਪਾਂ ਗੱਲ ਕਰੀਏ ਪਾਵਰ ਆਵਰਟਨੀ ਬਾਰੇ ਕਾਜ਼ ਆਵਬਸਲੀ ਪਾਵਰ ਆਵਰਟਨੀ ਤੁਸੀਂ ਪਹਿਲਾਂ ਵੀ ਐਕਸਪਲੇਨ ਹੁੰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਕੋਲਰ ਵੱਲ ਜਾਈਏ ਜੀ ਕੋਲਰ ਸਾਡੇ ਨਾਲ ਜੁੜੇ ਹੋਏ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਪੁੱਛਣਾ ਚਾਹੁੰਦੇ ਜੀ ਹੈਲੋ ਜੀ ਆਪਾਂ ਪੁੱਛਣਾ ਪੁੱਛਣਾ ਚਾਹੁੰਦੇ ਆ ਜਦਾਂ ਫਿਊਨਲ ਦਾ ਹੈ ਆਪਾਂ ਬਣਾਉਣਾ ਪਲਾਨ ਇਹਦੇ ਕਿੰਨਾ ਚਾਰਜਸ ਆ ਇਹਦੇ ਚਾਰਜਸ ਦਾ ਡਿਪੈਂਡ ਕਰਦੀ ਤੁਸੀਂ ਇਕਵਰੀ ਦੇਣੇ ਜੋ ਤੁਸੀਂ ਮੰਥਲੀ ਦੇਣੇ ਜੇ ਜੇ ਦਾ ਤੁਸੀਂ ਕਹਿੰਦੇ ਆ ਵੀ ਉਹ ਉੱਥੇ ਸਟੌਪ ਹੋ ਜਾਂਦਾ ਜੇ ਹੁਣ 3000 ਜਿਆਦਾ ਅੱਜ ਕੱਲ ਦਾ ਚਾਰਜ ਹਸਿਆ ਹਾਂ ਜੀ ਇਸ ਹਿਸਾਬ ਨਾਲ ਫਿਰ ਕਿੰਨਾ ਪਰ ਮੰਥਲੀ ਦੇਣ ਦੀ ਲੋੜ ਆ ਜਾਂ ਕਿਦਾਂ ਯਾ ਤਾਂ ਕਿ ਤਾੜਾ ਆਪਸ਼ਨ ਆ ਜੇ ਜੇ ਤੁਸੀਂ ਇੱਕ ਵਾਰ ਹੀ ਦੇਣੇ ਬਸ 3500 ਪੌਣ ਦਾ ਤੁਸੀਂ ਬਸ ਟ੍ਰਾਂਸਫਰ ਕਰੋ ਚੈੱਕ ਜਾਂ ਕਾਰਡ ਤੇ ਇਦਾਂ ਦੱਸ ਯਾ ਉਸ ਵੇਲੇ ਤਾਂ ਕਵਰ ਆ ਹਾਂ ਜੀ ਜੇ ਤੁਸੀਂ ਇਸ ਮੰਥਲੀ ਵੀ ਦੇਵਾਂਗੇ ਫਿਰ ਵੀ ਕਵਰ ਆ ਹਾਂ ਜੇ ਮੰਥੇ ਤੁਸੀਂ ਦੇਣੇ ਬਸ 3500 ਦਾ ਡਿਪੋਜ਼ਿਟ ਆ ਫਿਰ ਉਸੇ ਵੱਲੇ ਦਾ ਤੁਹਾਡਾ ਲੌਕ ਹੋ ਜਾਣਾ ਕਵਰ ਹੋ ਜਾਣਾ ओके okay. हां जी ਤਾਂ ਇਹ ਫਿਰ ਅਸੀਂ ਜਿਹੜਾ ਤੁਹਾਡਾ ਨੰਬਰ ਇੱਥੇ ਆਉਂਦਾ ਹੈ ਸਕਰੀਨ ਤੇ ਇਸੇ ਨੰਬਰ ਤੇ ਬਾਅਦ ਚ ਫੋਨ ਕਰਕੇ ਅਪਾਇੰਟਮੈਂਟ ਬਣਾ ਸਕਦੇ ਨਹੀਂ ਆ ਹੈਗਾ ਇਹ ਸਟੂਡੀਓ ਦਾ ਹਾਂ ਜੀ ਤੁਸੀਂ ਪਲੀਜ਼ ਆਪਣਾ ਜਿਹੜਾ ਨੰਬਰ ਇਸ ਸਟੂਡੀਓ ਤੇ ਦੇ ਦਿਓ ਜੀ ਤੇ ਉਹਨਾਂ ਨੇ ਲਿਖ ਕੇ ਫਿਰ ਰਾਜਪਾਲ ਨੂੰ ਦੇ ਦੇਣਾ ਉੱਤੇ ਫਿਰ ਤੁਹਾਨੂੰ ਕੰਟੈਕਟ ਕਰ ਲੈਣਗੇ ਜੀ ਹਾਂ ਜੀ ਚਲੋ ਨੰਬਰ ਫਿਰ ਮੇਰਾ ਆ ਗਿਆ ਤੁਹਾਡੇ ਸਟੂਡੀਓ ਤੇ ਸਾਨੂੰ ਫੋਨ ਕਰਿਓ ਹਨਾ ਕੋਈ ਪ੍ਰੋਬਲਮ ਨਹੀਂ ਜੀ ਬਹੁਤ ਧੰਨਵਾਦ ਜੀ ਇਹ ਕਰਨਾ ਹੈ ਆਪਣਾ ਦਿਸਾਹਾਰ ਰੇਂਜ ਸਾਰਾ ਕੋਈ ਪ੍ਰੋਬਲਮ ਨਹੀਂ ਜੀ ਹਾਂ ਜੀ ਬਹੁਤ ਧੰਨਵਾਦ ਜੀ ਠੀਕ ਹੈ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਸੋਪਾ ਗੱਲ ਸ਼ੁਰੂ ਕਰ ਰਹੇ ਸੀ ਪਾਵਰ ਰਿਟਰਨੀ ਬਾਰੇ ਕਿ ਪਾਵਰ ਰਿਟਰਨੀ ਹੁੰਦਾ ਕੀ ਆ ਤੇ ਉਹਦੇ ਸਿਸਟਮਸ ਕਿੱਦਾਂ ਹੁੰਦੇ ਆ ਸਪਾਈਰ ਬਟੇਨੀ ਦਾ ਅੱਜ ਅੱਜ ਟਾਈਮ ਦਾ ਬਹੁਤ ਜ਼ਰੂਰੀ ਆ ਜੀ ਤੁਸੀਂ ਦੇਖੋ ਜੇ ਕੋਈ ਘਰ ਦਾ ਕੋਰੋਨਾ ਵਾਇਰਸ ਹੋ ਗਿਆ ਜਾਂ ਐਨੀਥਿੰਗ ਹੋ ਗਿਆ ਨਾਲ ਕੋਈ ਪਰਵਾਹ ਜਾਣ ਹੀ ਸਕਦਾ ਹੈ ਉੱਥੇ ਹਸਪੀਟਲ ਉੱਥੇ ਇਕੱਲੇ ਜਾਣਾ ਪੈਣਾ ਯਾ ਤਾਕ ਹਸਪੀਟਲ ਦਾ ਬੰਦ ਕਿਤੇ ਆ ਇਹ ਰਿਸਕ ਦਾ ਇਨਫੈਕਸ਼ਨ ਇਦਾਂ ਸਪੈਡ ਹੁੰਦਾ ਯਾ ਪਰ ਉਹਨਾਂ ਨੇ ਪੁੱਛਣਾ ਤੁਹਾਡੀ ਹੈਗੀ ਆ ਪਾਵਟ ਹੈ ਨਹੀਂ ਫੇ ਜੇ ਹੈਗੀ ਆ ਉਹਨਾਂ ਨੇ ਦੇਖਣਾ ਕਿਹਦੇ ਕਿਹਨਾ ਲਿਖਿਆ ਜੀ ਫਿਰ ਜਿਹੜੇ ਘਰ ਆ ਉਹ ਡਿਸੀਜਨ ਬਣਾ ਸਕਦੇ ਉਹਨਾਂ ਨੇ ਅੱਛਾ ਸੌਰੀ ਸਾਡੇ ਨਾਲ ਕੋਲਰ ਜੁੜਿਆ ਜੀ ਕੋਲਰ ਨਾਲ ਆਪਾਂ ਗੱਲਬਾਤ ਕਰਦੇ ਜੀ ਹੈਲੋ ਜੀ ਸਸਿਕਾ ਜੀ ਹੈਲੋ ਹੈਲੋ ਸਤ ਸ੍ਰੀ ਅਕਾਲ ਸਸਿਕਾ ਜੀ ਕੀ ਪੁੱਛਣਾ ਚਾਹੁੰਦੇ ਜੀ ਨਹੀਂ ਨਹੀਂ ਫਿਰ ਮਾਰੇ ਹੁਣ ਦੱਸਦੇ ਟੈਲੀਚ ਆਇਆ ਆ ਅਕਾਲ ਟੈਲੀ ਚ ਹਾਂਜੀ ਕੀ ਪੁੱਛਣਾ ਸੀ ਤੁਸੀਂ ਮੈਂ ਵਸੇ ਹੀ ਆਫ ਨੂੰ ਨਰਵਾਰੇ ਜਿੱਦਾਂ ਹੁਣ ਪੁੱਛਣਾ ਵੇ ਇਕੱਠੇ ਪੈਸੇ ਦੇਣੇ ਕਿ ਮੰਥਲੀ ਬਾਦ ਦੇਣੇ ਆ ਹਾਂਜੀ ਤੁਸੀਂ ਦੋ ਦੋਨੇ ਆਪਸ਼ਨ ਆ ਤੁਸੀਂ ਇੱਕ ਵਾਰੀ ਦੇ ਸਕਦੇ ਜਾਂ ਤੁਸੀਂ ਮੰਥਲੀ ਦੇ ਸਕਦੇ ਇੱਕ ਸਾਲ ਚ 2 ਸਾਲ ਚ 3 5 10 ਸਾਲ ਜੇ ਤੁਸੀਂ ਦੇ ਸਕਦੇ ਆ ਅੱਛਾ ਹਾਂਜੀ ਜਿੱਦਾਂ ਉਹਨੂੰ ਮੇਰਾ ਮਤਵਰ ਮੈਂ ਸੰਟੀ ਦੀ ਹੋਈ ਹੈ ਨਾ ਹਾਂਜੀ ਹਾਂਜੀ ਕੋਈ ਫ੍ਰੀ ਪਲੇਨ ਮੈਂ ਕੱਲ ਤੇ ਬਣਾ ਲਿਆ ਭਾਈ ਚਾਂਸ ਪਤਾ ਨਹੀਂ ਦਾ ਟਾਈਮ ਦਾ ਹਾਂਜੀ ਸਾਲ ਵੀ ਲੰਘ ਤੱਕ ਦਾ 2 ਸਾਲ ਵੀ ਮਹੀਨਾ ਵੀ ਵੀ ਕਵਿੰੰਗ ਸਕਦੇ ਆ ਜੇ ਵੀ ਉਹ ਕਲਰ ਇਨ ਦਾ ਫੁੱਲ ਕਬਰ ਹੀ ਹੁੰਦਾ ਉਹ ਇਦਾਂ ਇਦਾਂ ਕੋਈ ਏਜ ਦਾ ਨਹੀਂ ਮੈਂ ਦੇਖਣਾ ਜਿੱਦਾਂ ਕੋਈ ਕੋਈ ਮੈਡੀਕਲ ਕੰਡੀਸ਼ਨ ਇਦਾਂ ਕੁਛ ਨਹੀਂ ਦੇਖਣਾ ਜੇ ਹਾਂ ਕੁਛ ਨਹੀਂ ਸਾਰੇ ਲਈ ਹਾਂਜੀ ਅੱਛਾ ਠੀਕ ਹੈ ਜੀ ਹਾਂਜੀ ਓਕੇ ਓਕੇ ਜੀ ਬਹੁਤ ਠੀਕ ਕਿੰਨੇ ਪੈਸੇ ਦੇਣੇ ਇਕੱਠੇ ਜੇ ਇਕੱਠੇ ਦੇਣੇ ਹੋ ਐਮ ਜੀ ਦਾ ਸਟਾਰਟਿੰਗ ਹੈਗੇ 3500 ਪਾਉਂਡ 3500 ਹਾਂਜੀ ਤੇ ਬਾਅਦ ਚ ਨਹੀਂ ਕੁਝ ਵੀ ਲੈਣਾ ਨਹੀਂ ਅੱਛਾ 3500 ਚ ਫਿਊਲ ਹੋ ਜਾਂਦਾ ਹੈ ਹਾਂਜੀ ਸਾਰ ਕੁਝ ਹੋ ਜਾਂਦਾ ਜੇ ਤੁਸੀਂ ਦੇ ਦਿੱਤੇ 3500 ਪਾਉਂਡ ਨਾਲੇ 2 3 5 10 ਸਾਲ ਦੇ ਵਿੱਚ ਉਹ ਫਿਊਲ ਦੇ ਪ੍ਰਾਣ ਵਿੱਚ ਦਾ ਵੱਧ ਗਏ ਜੇ ਫਿਊਨ ਡਾਕਟਰ ਕਹਿੰਦੇ ਸਾਨੂੰ 12000 ਪਾਉਣ ਦਿਓ ਕਿਸੇ ਨੇ ਇੱਕ ਪੈਣੀ ਵੀ ਨਹੀਂ ਦੇਣੀ ਤਾਂ ਕਿ ਜਿਹੜੇ 35000 ਪਾਉਣ ਦਿੱਤੇ ਆ ਉਹ ਸਾਰਾ ਕਵਰ ਆ ਅੱਛਾ ਹਾਂ ਇੰਨਾ ਸਾਲ ਤਾਈ ਹਾਂ ਸਾਰਾ ਕੁਝ ਕਵਰ ਹਾਂਜੀ ਅੱਛਾ ਜਿੱਦਾਂ ਉਹ ਬਿੱਕਲ ਖੋਣਾ ਵੀ ਹੋਵੇ ਕਿ ਮੇਰੀ ਬਯੌਦੀ ਸਿੱਧੀ ਜਾਵੇ ਘਰ ਨਹੀਂ ਆਉਣੀ ਚਾਹੀਦੀ ਹਨ ਸੋਰੀ ਕੀ ਕਹਾਂਤੀ ਤੁਸੀਂ ਦੁਬਾਰਾ ਕਹੋ ਪਲੀਜ਼ ਮੈਨੂੰ ਉਹ ਸ਼ਰਤਾਂ ਜਿੱਦਾਂ ਉਹ ਮੈਂ ਫਿਊਨੋ ਨੇ ਆ ਵੀ ਮੇਰੀ ਬਾਡੀ ਜਿੱਦਾਂ ਸਿੱਧੀ ਜਾਵੇ ਫਿਊਨੋ ਇੱਥੇ ਹੋਣਾ ਘਰ ਨਾ ਆਵੇ ਹਾਂ ਹਾਂ ਉਹ ਆ ਇੱਕ ਫਿਊਨੋ ਪਲਾਨ ਦਾ ਨਾਲੇ ਮੈਂ ਤੁਹਾਨੂੰ ਜਿੱਦਾਂ ਫਾਰਮ ਦੇਵਾਂਗਾ ਉਹ ਦੇ ਫਿਊਨਲ ਵਿਸ਼ਸ ਐ ਪਲਾਨ ਜਿੱਦਾਂ ਹੁਣ ਅਸੀਂ ਪਹਿਲਾਂ ਗੱਲ ਕਰਦੇ ਸੀ ਤੁਸੀਂ ਉਹਦੇ ਵਿੱਚ ਸਾਰਾ ਕੁਝ ਲਿਖ ਸਕਦੇ ਆ ਜੇ ਤੁਸੀਂ ਚਾਹੁੰਦੇ ਆ ਘਰਾਂ ਜਨਾਈ ਜਿੱਸਿੱਧਾ ਗੁਰਦੁਆਰੇ ਜਿੱਕਰ ਮਟੋਰੀਅਮ ਤੁਸੀਂ ਕਿਦਾਂ ਦੇ ਕੱਪੜੇ ਪਾਣੇ ਜੇ ਕਿਹੜੇ ਸ਼ਬਦ ਜੇ ਤੁਸੀਂ ਕੱਪੜੇ ਤੋਂ ਮੈਂ ਜਦੋਂ ਮਰ ਛੱਕਿਆ ਇਹਨਾਂ ਨੇ ਮਹਾਪੁਰਸ਼ਾਂ ਨੇ ਕਿਹਾ ਸੀ ਇਹ ਕੱਪੜੇ ਪਾਉਣੇ ਉਹ ਮਰ ਕੇ ਆ ਠੀਕ ਆ ਤੇ ਉਹ ਕਹਿੰਦੇ ਸੀ ਜਦ ਮੇਰੀ ਫਿਊਨ ਬੋਡੀ ਘਰ ਨਾ ਆਵੇ ਗੁਰਦੁਆਰੇ ਹੋ ਕੇ ਸਿੱਧੀ ਫਿਊਨਰ ਤੇ ਜਾਵੇ ਹਾਂ ਇਦਾਂ ਇਦਾਂ ਸਾਰਾ ਲਿਖ ਸਕਦੇ ਆ ਹਾਂ ਤੇ ਦੂਸਰਾ ਮੈਂ ਪੁੱਛਣਾ ਸੀਗਾ ਖੜੀ ਜਦੋਂ ਕੋਈ ਬਹਰ ਜੋ ਸ਼ੋਅ ਆ ਉਹਦਾ ਨਾਮ ਲਿਖ ਸਕਦੇ ਕੋਈ ਟ੍ਰਵਲ ਨਾ ਕਰੇ ਆ ਕੇ ਤੁਸੀਂ ਦੱਸ ਲਿਖ ਸਕਦੇ ਸਾਰਾ ਕੁਝ ਤੁਸੀਂ ਦ ਲਿਖ ਸਕਦੇ ਆ ਤੱਕ ਆ ਤੁਹਾਡੀ ਵਿਸ਼ੇਜ ਆ ਪਰ ਇਦਾਂ ਆ ਲੀਗਲੀ ਜਿੱਦਾਂ ਬਾਈਂਡਿੰਗ ਨਹੀਂ ਹੈਗਾ ਜਿੱਦਾਂ ਅਸੀਂ ਰੋਕ ਨਹੀਂ ਸਕਦੇ ਤੁਸੀਂ ਲਿਖ ਸਕਦੇ ਆ ਉਹ ਮੈਂ ਮੇਰੇ ਇਦਾਂ ਫਲਾਣੇ ਨਾਲ ਬੰਦੀ ਨਹੀਂ ਫਿਰ ਮੈਂ ਚਾਹੁੰਦੀ ਨਹੀਂ ਉੱਥੇ ਮੇਰੇ ਫੇਰ ਨੂੰ ਧਿਆਨ ਅਸੀਂ ਉਹਨਾਂ ਨੂੰ ਦਿਖਾ ਸਕਦੇ ਆ ਆ ਦੇਖੋ ਆ ਸੀ ਇਹਨਾਂ ਦੀ ਵਿਸ਼ੇ ਉਹ ਚਾਹੁੰਦੇ ਨਹੀਂ ਤੁਸੀਂ ਇੱਥੇ ਆਣ ਫੇ ਪਰ ਇਦਾਂ ਇਦਾਂ ਰੋਕ ਨਹੀਂ ਸਕਦਾ ਹਾਂਜੀ ਨਹੀਂ ਮੈਨੂੰ ਪਤਾ ਜੀ ਉਹ ਸਟ੍ਰੀਟਰ ਦਾ ਉਹ ਪੇਪਰ ਲਖਾਈ ਹੋਵੇ ਚਿੱਠੀ ਚ ਟੰਪ ਲਖਾਈ ਹੋਵੇ ਪੇਤਾ ਨਹੀਂ ਉਹ ਦਾ ਸਕਦੀ ਹਾਂ 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 ਹਾਂਜੀ ਭਾਈ ਤੁਸੀਂ ਇਦਾਂ ਉਹ ਰੈਡੀ ਮੈਂ ਪੇਪਰ ਸਲਿਸਟਰ ਤੇ ਲਖਾਈ ਆ ਜਿੱਦਾਂ ਹੋ ਮੇਰਾ ਡਿਵੋਰਸ ਹੋਇਆ 20 ਸਾਲ ਹੋ ਗਏ ਨਾ ਹਾਂਜੀ ਉਹ ਮਾਰਦਾ ਕੁੱਟਦਾ ਸੀ ਗਾਰਡਨ ਚ ਵੀ ਟੂਆ ਪੁੱਟਿਆ ਸੀ ਮਾਰੇ ਅਸਾਂ ਪਰਮਾਤਮਾ ਨੇ ਬਚਾਇਆ ਤੇ ਤੁਸੀਂ ਫਿਰ ਮੈਨੂੰ ਫਾਰਮ ਭੇਜਦੇ ਹੋ ਯਾ ਟੇਕ ਮੈਂ ਮੈਂ ਤੁਹਾਨੂੰ ਤੁਸੀਂ ਆਪਣਾ ਇੱਥੇ ਨੰਬਰ ਤੁਸੀਂ ਇੱਥੇ ਇਹ ਰਿਸੈਪਸ਼ਨ ਤੇ ਛੱਡ ਦਿਓ ਮੈਂ ਤੁਹਾਨੂੰ ਫੋਨ ਕਰਾਂਗਾ ਮੈਂ ਤੁਹਾਨੂੰ ਸਾਰਾ ਇਨਫੋਰਮੇਸ਼ਨ ਦੇ ਦਊਗਾ ਤਾਂ ਠੀਕ ਹੈ ਆਈ ਨੰਬਰ ਅਨਡ 1215511 ਨਹੀਂ ਜੀ ਉਹ ਇਹ ਚੈਨਲ ਦਾ ਨੰਬਰ ਆ ਤੁਸੀਂ ਕਾਲ ਚੈਨਲ ਤੇ ਤੁਸੀਂ ਨੰਬਰ ਛੱਡ ਦਿਓ ਜੀ ਤੇ ਉਹਨਾਂ ਨੇ ਫਿਰ ਨੰਬਰ ਪਾਸ ਆਨ ਕਰ ਦਿੰਦਾ ਜੀ ਮੇਰਾ ਕਾਰ ਨੰਬਰ ਇਹੀ ਆ ਨਾ ਬਸ ਤੋਂ 12 ਹਾਂ ਜੀ ਹਾਂ ਜੀ ਆਈ ਨੰਬਰ ਆ ਇੱਥੇ ਤੁਸੀਂ ਪਾਸ ਆਨ ਕਰਦੇ ਹੋ ਸਾਡੇ ਉੱਥੇ ਰਿਸੈਪਸ਼ਨ ਤੇ ਉਹਨਾਂ ਨੇ ਫਿਰ ਤੁਹਾਨੂੰ ਤੁਹਾਡਾ ਨੰਬਰ ਲੈ ਲੈਣਾ ਜੀ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਸਸਕੀ ਆਹ ਮੈਂ ਫਾਰਮ ਭੇਜ ਮੱਦੇ ਵੀ ਇੱਕ ਕੁੜੀ ਤਾਂ ਫੋਨ ਆਇਆ ਸੀ ਦੋ ਕੁ ਵੇਟ ਕਮ ਇਹਨੂੰ ਕਿਹਾ ਤੁਸੀਂ ਫਾਰਮ ਭੇਜ ਦੇ ਹਾਂ ਤੂੰ ਭੇਜ ਦੇ ਨਹੀਂ ਫਾਰਮ अच्छा मेन बस ਤੁਹਾਡਾ ਐਡਰੈਸ ਚਾਹੀਦਾ ਪਰ ਆਪਣਾ ਤਾਂ ਨੰਬਰ ਇਥੇ ਛੱਡ ਦਿਓ ਮੈਂ ਤੁਹਾਨੂੰ ਕਰ ਦੂੰਗਾ ਫੋਨ ਫੇ ਤੁਸੀਂ ਮੈਨੂੰ ਫੋਨ ਤੇ ਐਡਰੈਸ ਦੇ ਦਿਓ ਮੈਂ ਤੁਹਾਨੂੰ ਸਾਰਾ ਕੁਝ ਭੇਜ ਦੂੰਗਾ ਹਾਂ ਠੀਕ ਹੈ ਮੇਰਾ ਬੱਚਾ ਠੀਕ ਹੈ ਠੀਕ ਹੈ ਮੇਰਾ ਬੱਚਾ ਠੀਕ ਹੈ ਵਾਹ ਕਲ ਤੋਂ ਤਾਂ ਹੋਜੀ ਹਾਂਜੀ ਸੋ ਆਪਾਂ ਗੱਲ ਸ਼ੁਰੂ ਕੀਤੀ ਸੀ ਪਾਵਰ ਆਫਰਟਰਨੀ ਬਾਰੇ ਤੇ ਪਾਵਰ ਬਟਨੀ ਦਾ ਕੀ ਪ੍ਰੋਸੈਸ ਹੁੰਦਾ ਕੀ ਕੀ ਉਹਦਾ ਸਿਸਟਮ ਹੁੰਦਾ ਯੈਸ ਸੋ ਇਟ ਦਾ ਦੋ ਹੈ ਗਿਆ ਜਿੱਦਾਂ ਹੁਣ ਹੈਲਥ ਦੇ ਤਾਂ ਪ੍ਰੋਪਰਟੀ ਇਨਰ ਪੈਸਿਆਂ ਦੇ ਜੀ ਜਿੱਦਾਂ ਇਸ ਟਾਂ ਤੇ ਇਜ਼ ਵੈਰੀ ਇੰਪੋਰਟੈਂਟ ਫੇ ਜਿਹੜਾ ਤੁਸੀਂ ਦੇਖੋ ਜੇ ਹਸਪੀਟਲ ਆ ਤੁਸੀਂ ਨਾਮ ਲਿਖਿਆ ਪਹਿਲਾਂ ਜੇ ਮੈਂ ਹੋਸ਼ ਜਣੀ ਜਾਂ ਡਿਮੈਂਸ਼ਰ ਜੇ ਮੈਂ ਹਸਪੀਟਲ ਜੇ ਮੈਂ ਬਾਹਰ ਨਹੀਂ ਨਿਕਲ ਸਕਦਾ ਕਿੰਨੇ ਮੈਨ ਲਈ ਡਿਸੀਜਨ ਬਣਾਣਾ ਸੋ ਦੈਟਸ ਵਾਟ ਆਪਰ ਟਰਨ ਇਅ ਪਰ ਤਾਂ ਕਿ ਜਿਹੜਾ ਹੁਣ ਨਾ ਕੋਰੋਨਾ ਵਾਰਿਸ ਦਾ ਹੁਣ ਪ੍ਰੋਸੈਸ ਦਾ ਬਹੁਤ ਲੰਬਾ ਹੁਣ ਹੋ ਗਿਆ ਹਾਂ ਹਾਂ ਯਾ ਇਟਸ ਨੀਅਰਲੀ 3 ਮੰਥ ਨਾਉ ਮੇਬੀ ਇਵਨ ਲੰਗਰ ਆਕੇ ਮੇਬੀ ਇਵਨ ਲੰਗਰ ਯਾ ਯਾ So it's important, that I but the process down yeah. Mm -hmm. Yeah. So it's all about planning first, right? ਯਾ ਜਸਟ ਗੈਟ ਦਿ ਪਲੈਨਿੰਗ ਡਨ ਨੋਵਲ ਵਿਦ ਫਰਸਟ ਦਿ ਵਰਚ ਫਿਰ ਕੱਟ ਫਿਕਰ ਕਰਨੀ ਪੈਂਦੀ ਆ ਕੱਟ ਪ੍ਰੋਬਲਮਸ ਹੁੰਦੀਆਂ ਸੋ ਸਾਡਾ ਸ਼ੋ ਜਿਹੜਾ ਲਾਈਵ ਚੱਲ ਰਿਹਾ ਤੁਸੀਂ ਪਲੀਜ਼ ਹਾਲ ਚੰਨ ਨੰਬਰ ਤੇ ਤੁਸੀਂ ਕਾਲ ਕਰਕੇ ਕੋਈ ਵੀ ਆਪਣਾ ਸਵਾਲ ਪੁੱਛ ਸਕਦੇ ਆ ਤੇ ਜੇ ਤੁਸੀਂ ਨਹੀਂ ਚਾਹੁੰਦੇ ਹੋਵੇ ਕਿ ਤੁਸੀਂ ਲਾਈਵ ਗੱਲ ਕਰਨ ਤਾਂ ਤੁਸੀਂ ਆਪਣਾ ਨੰਬਰ ਇੱਥੇ ਛੱਡ ਸਕਦੇ ਆ ਬਾਅਦ ਚ ਤੁਹਾਨੂੰ ਫਿਰ ਜਿਹੜਾ ਫੋਨ ਆਵੇਗਾ ਤੇ ਅਸੀਂ ਉੱਥੇ ਫਿਰ ਤੁਹਾਡੇ ਨਾਲ ਵਿਚਾਰ ਕਰ ਸਕਦੇ ਆ ਸੋ ਅਨਪਾ ਅੱਗੇ ਚੱਲਦੇ ਆ ਆਬੀਸਲੀ ਸਾਡੇ ਕਮਿਊਨਿਟੀ ਦੇ ਵਿੱਚ ਰਿਵਾਜ ਆ ਕਾਫੀ ਵੱਡਾ ਕਿ 골ਡ ਆਪਾ ਦਈਏ ਤੇ 골ਡ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਦਿੱਤਾ ਜਾਂਦਾ ਸੀ ਅੱਜ ਕੱਲ ਵੀ ਕਈ ਵਾਰੀ 골ਡ ਦਾ ਵਾਂਟਿੰਗ ਹੁੰਦੀ ਆ ਜਦੋਂ ਕੋਈ ਬਜ਼ੁਰਗ ਮਰ ਜਾਂਦਾ ਜਾਂ ਕਿੱਦਾਂ ਵੀ ਉਹਨਾਂ ਦਾ ਹੋ ਜਾਂਦਾ ਕੰਮ ਸੋ ਇਸ ਕਰਕੇ 골ਡ ਦਾ ਕਿੱਦਾਂ ਸਿਸਟਮ ਹੁੰਦਾ ਕਿ 골ਡ ਸੇਫ ਤਰੀਕੇ ਨਾਲ ਆਪਾਂ ਦਿੱਤਾ ਦੇ ਸਕਦੇ ਆ ਆਹ ਕੁਐਸਚਨ ਬਹੁਤ ਬੜੀ ਆਂਦਾ ਜੀ ਬਹੁਤ ਬੜੀ ਆਂਦਾ ਮੈਂ ਇੱਕ ਐਗਜ਼ਾਮਪਲ ਦਿੰਦਾ ਸੀ ਇੱਕ ਮੈਂ 4 ਕਿ ਮਹੀਨਿਆਂ ਮੈਨੂੰ ਮਿਲਣ ਗਿਆ ਸੀ ਅੰਕਲ ਆਂਟੀ ਨੂੰ ਕਹਿੰਦੇ ਅਸੀਂ ਸਾਰਕੋ ਦੇ ਨਹੀਂ ਸਕੇ ਨੇ ਬਟ ਇਹਨੂੰ 10% ਰਾਈਟ ਇਹਨੂੰ 20% ਇਦਾਂ ਕਹਿਤਾ ਸੀ ਅੱਛਾ ਅੱਛਾ ਫਿਰ ਮੈਂ ਕਿਹਾ ਚਾ ਠੀਕ ਹੈ ਮੈਂ ਸਾਰੇ ਬਣਾਣ ਲੱਗਾ ਸੀ ਯਾ ਫਿਰ ਦਾ ਲੋਕਡਾਊਨ ਦਾ ਹੋ ਗਿਆ ਫਿਰ ਐਲਾਸਟਿਕ ਫੂਡ ਆਇਆ ਸੀ ਮੈਂ ਕਿਹਾ ਸਾਰ ਕੁਝ ਠੀਕ ਆ ਸਾਰ ਕੁਝ ਠੀਕ ਆ ਤਾਂ ਕਿ ਜਿਹੜਾ ਤੁਹਾਡਾ ਸੋਨਾ ਹੈਗਾ ਉਹ ਕਿੱਦਾਂ ਕਰਨਾ ਹੂੰ ਹੂੰ ਤਾਂ ਕਹਿੰਦੇ ਅੱਛਾ ਤਾਂ ਸੋਚਿਆ ਨਹੀਂ ਹੂੰ ਮੈਂ ਕਿਹਾ ਫਿਰ ਤੁਸੀਂ ਇਦਾਂ ਵੀ ਕਰਨਾ 10% ਇਦਾਂ ਫਿਰ 50% 40% ਇਦਾਂ ਹੂੰ ਹੂੰ ਕਹਿੰਦੇ ਨਹੀਂ ਅਸੀਂ ਇਦਾਂ ਨਹੀਂ ਕਰਨਾ ਅਸੀਂ ਜਿਹੜਾ ਪੈਸੇ ਆ ਆ ਇਦਾਂ ਕਰਨਾ ਡਿਵਾਈਡ ਕਰਨਾ ਪਰ ਸੋਨੇ ਦਾ ਅਸੀਂ ਇਦਾਂ ਡਿਵਾਈਡ ਨਹੀਂ ਕਰਨਾ ਮੈਂ ਕਹਾਂ ਫੇ ਤੁਸੀਂ ਆ ਬੈਸਟ ਹੈ ਤੁਹਾਡੇ ਆਪਸ਼ਨ ਆ ਤੁਸੀਂ ਬਿਲਦ ਵਿੱਚ ਲਿਖ ਸਕਦੇ ਆ ਹਮ ਹਮ ਜਿਹੜੇ ਮੇਰੇ ਸਾਹ ਸੋਨਾ ਮੈਂ ਕੁੜੀ ਨੂੰ ਦੇਣਾ ਜਾਂ ਇਹ ਤਿੰਨ ਹਿੱਸੇ ਦਾ ਦੋ ਹਿੱਸੇ ਜਾਂ ਤੁਸੀਂ ਫੋਟੋ ਖਿਚਲੋ ਈਚ ਦਾ ਆਈਟਮ ਦਾ ਤੁਸੀਂ ਪਿੱਛੇ ਲਿਖ ਲਓ ਕਿੰਨੂੰ ਦੇਣਾ ਹਮ ਹਮ ਯਾ ਆ ਤਾਂ ਦੂਜੀ ਆਪਸ਼ਨ ਆ ਜਾਂ ਤੁਸੀਂ ਤੀਜੀ ਆਪਸ਼ਨ ਤੁਸੀਂ ਹੋਣੀ ਦੇ ਦਿਓ ਯਾ ਯਾ ਜੇ ਨਿਆਣੇ ਦਾ ਵਿਆਹ ਹੋ ਗਿਆ ਜਾਂ ਵਿਆਹ ਹੋਣ ਲੱਗਾ ਤੁਸੀਂ ਹੋਣੇ ਦੇ ਸਕਦੇ ਜੀ ਪਰ ਜੇ ਛੋਟੇ ਛੋਟੇ ਬੱਚੇ ਆ ਫੇਟ ਆ ਉਹਨਾਂ ਨੂੰ ਕਿੱਥੇ ਪਾਣਾ ਜਾਂ ਤਾਂ ਨਹੀਂ ਦ ਫੋਰਥ ਆਪਸ਼ਨ ਆ ਹੋਣੀ ਡਿਵਾਈਡ ਕਰ ਦੋ ਜੀ ਬੈਗ ਤੇ ਪਾ ਦੋ ਨਾਮ ਲਿਖ ਲਓ ਯਾ ਦੈਟਸ ਇਟ ਫਿਰ ਤੁਸੀਂ ਬੈਂਕ ਦੇ ਵਿੱਚ ਜਿੱਥੇ ਵੀ ਸੇਫ ਤੇ ਰੱਖਣਾ ਯਾ ਤੇ ਬਾਅਦ ਚ ਉਹਨਾਂ ਨੇ ਬਸ ਆਪਣੇ ਆਪ ਦੇ ਬੈਗ ਲੈਣੇ ਅੱਛਾ ਯਾ ਨਾ ਸੇ ਪ੍ਰੋਬਲਮ ਡਨ ਫੈਕ ਪ੍ਰੋਬਲਮ ਹੋੰਦੀ ਆ ਜੇ 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 ਤੁਸੀਂ ਦਾ ਪਹਿਲਾ ਦਾ ਪਰਸੈਂਟੇਜ ਲਿਖਿਆ ਜੀ 10% ਇਹਨੂੰ ਦੇਣੇ ਫਿਰ ਉਹਨਾਂ ਨੇ ਕਹਿਣਾ ਆ ਆ ਰਿੰਗ ਹੈਗੀ ਵਧੀਆ ਮਿਆ ਲੈਣੀ ਪਰ ਆ ਮਿਆ ਵੀ ਲੈਣਾ ਫਿਰ ਉਹਨਾਂ ਨੇ ਕਹਿੰਨੇ ਆ 10% ਨਾਲ ਜ਼ਿਆਦਾ ਹੈ ਯਾ ਸੋ ਇਟਸ ਜਸਟ ਗੋਇੰ ਟੂ ਕਾਜ਼ ਅਨਦਰ ਪ੍ਰੋਬਲਮ ਯਾ ਸੋ ਸਟਨ ਕੋਲਰ ਜੁੜਿਆ ਜੀ ਕੋਲਰ ਨਾਲ ਆਪਾਂ ਗੱਲਬਾਤ ਕਰਦੇ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਨਲੋ ਸਸੀ ਘਰਵਾ ਜੀ ਸਸਕਾ ਜੀ ਕੀ ਪੁੱਛਣਾ ਚਾਹੁੰਦੇ ਜੀ ਮੈਂ ਭਾਜੀ ਉਹਨਾਂ ਨੂੰ ਫਿਊਨਰ ਬਾਰੇ ਪੁੱਛਣਾ ਸੀਗਾ ਮੈਂ ਅੱਗੇ ਵੀ ਕਿੰਨੀ ਵਾਰੀ ਕੀਤਾ ਇਹਨਾਂ ਨੂੰ ਫੋਨ ਤਾਂ ਉਹ ਮੁੜ ਕੇ ਪਤਾ ਨਹੀਂ ਇਹਨਾਂ ਦੀ ਸੈਕਟਰੀ ਕਰਦੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਵਕੀਲ ਨਾ ਰਾਜਪਾਲ ਜੀ ਨਾਲ ਗੱਲ ਕਰਨੀ ਆ ਕਿ ਮੈਂ ਉਹਨਾਂ ਨੂੰ ਦੱਸਣਾ ਮੈਨੂੰ ਏਦਾਂ ਏਦਾਂ ਫਿਊਨਰ ਦੇ ਪੇਪਰ ਬਣਾ ਕੇ ਮੈਨੂੰ ਘਰ ਚਾਹੇ ਭੇਜ ਦਿਓ ਤੁਹਾਡੇ ਕੋ ਆ ਤਾਂ ਹੋਣਾ ਨਹੀਂ ਹੈਗਾ ਹਨਾ ਫਿਰ ਮੈਂ ਕਿਸੇ ਕੋ ਪੜਾ ਕੇ ਫਿਰ ਮੈਂ ਤੁਹਾਨੂੰ ਦੱਸ ਦਉਂਗੀ ਹਨਾ ਫਿਰ ਉਹਨਾਂ ਨੇ ਮੁੜ ਕੇ ਮੈਨੂੰ ਕੁਝ ਦੱਸਿਆ ਨਹੀਂ ਹੈਗਾ ਚਲੋ ਆਂਟੀ ਤੁਸੀਂ ਤੁਸੀਂ ਮੈਨਾਂ ਹੁਣ ਗੱਲ ਕਰ ਲੋ ਤਾਂ ਕਿ ਮੈਂ ਜਿੱਦਾਂ ਬਾਰ ਇਸ ਲਾਕਡਾਊਨ ਦਾ ਮੈਂ ਕਾਫੀ ਚਟਾਂ ਦੇ ਮੈਂ ਕੰਮ ਨਹੀਂ ਕੀਤਾ ਫਿਰ ਆਫਿਸ ਦਾ ਬੰਦ ਸੀ ਯਾ ਪਰ ਮੈਂ ਹੁਣ ਦਾ ਮੈਂ ਸ਼ੋਅ ਤੇ ਸਟਾਰਟ ਤੇ ਮੈਂ ਪਹਿਲਾਂ ਕਿ ਐਸੀ ਮੈਂ 8 ਤਰੀਕ ਨੂੰ ਮੈਂ ਉਹ ਸ਼ੁਰੂ ਕਰ ਲਿਆ ਜਿੱਦਾਂ ਫੇਸ ਟੂ ਫੇਸ ਹੈ ਹਾਂਜੀ ਯਾ ਪਰ ਇਹ ਵੀ ਬਤਨ ਕਿ ਮੈਂ ਤੁਹਾਨੂੰ ਦੱਸ ਦਉ ਮੈਨੂੰ ਕਿੱਦਾਂ ਕਿੱਦਾਂ ਫਿਊਨਰ ਦੇ ਚਾਹੀਦੇ ਆ ਨਾ ਹਾਂਜੀ ਤੇ ਫੇ ਮੈਨੂੰ ਤੁਸੀਂ ਉਦਾਂ ਬਣਾ ਕੇ ਭੇਜ ਦਿਓ ਫਿਰ ਮੈਂ ਐਡਰੈਸ ਦੱਸ ਦਊਂਗੀ ਤੁਹਾਨੂੰ ਜਦੋਂ ਤੁਸੀਂ ਮੈਨੂੰ ਫੋਨ ਕਰੋਗੇ ਤੇ ਫੇ ਉਹ ਮੈਂ ਪੜਾ ਕੇ ਫੇ ਮੈਂ ਤੁਹਾਨੂੰ ਦੱਸ ਦਊਂਗੀ ਕਿ ਮੈਂ ਇਦਾਂ ਪੈਸੀ ਪੇ ਕਰਨੇ ਆ ਕਿ ਤੁਸੀਂ ਇਦਾਂ ਦੱਸ ਦਿਓ ਨਾ ਮੈਨੂੰ ਵੀ ਕਿੰਨੇ ਪੈਸੇ ਆ ਲੱਗਣੇ ਕਿੱਦਾਂ ਕਿੱਦਾਂ ਚਾਹੀਦੇ ਕਰਕੇ ਉਦੋਂ ਮੈਂ ਤੁਹਾਨੂੰ ਪੁੱਛਿਆ ਸੀਗਾ ਕਹਿੰਦੇ ਸੀ ਵੀ ਇਦਾਂ ਬੈਕ ਗੱਡੀ ਚਾਹੀਦੀ ਆ ਜਾਂ ਕਿੱਦਾਂ ਨਾ ਸਾਰਾ ਦੱਸਿਆ ਸੀਗਾ ਮੈਨੂੰ ਪਰ ਮੁੜ ਕੇ ਮੈਨੂੰ ਫੋਨ ਕੀਤਾ ਮੈਨੂੰ ਲੱਗਦਾ ਤੁਹਾਡੀ ਸੈਕਟਰੀ ਨੇ ਕੀਤਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਨਾਂ ਵਕੀਲ ਸਾਹਿਬ ਨਾਲ ਗੱਲ ਕਰਾ ਦਿਓ ਕਿ ਮੈਂ ਉਹਨਾਂ ਨੂੰ ਦੱਸ ਦਊਂਗੀ ਕਿ ਤੁਹਾਡ ਕੋ ਆ ਤਾਂ ਨਹੀਂ ਹੋਣਾ ਮੈਂ ਕੈਂਟ ਵਿੱਚ ਰਹਿੰਦੀ ਆ ਹਨਾ ਕਿ ਆ ਨਹੀਂ ਹੋਣਾ ਤਾਂ ਫੇ ਮੈਨੂੰ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਦੱਸ ਦਊਂਗਾ ਇਦਾਂ ਇਦਾਂ ਮੈਨੂੰ ਬਣਾ ਕੇ ਪੇਪਰ ਭੇਜ ਦਿਓ ਮੜ ਜਾ ਮੈਂ ਪੜਾ ਕੇ ਫੇ ਤੁਹਾਨੂੰ ਮੈਂ ਦੱਸ ਦਊਂਗੀ ਮੈਨੂੰ ਇਦਾਂ ਇਦਾਂ ਚਾਹੀਦੇ ਆ ਤਾਂ ਮੈਂ ਇਦਾਂ ਪੇ ਕਰ ਦਲੋ ਤੁਸੀਂ ਹਨਾ ਮੇਰੇ ਤੋਂ ਠੀਕ ਤੁਸੀਂ 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 ਜਿੱਦਾਂ WhatsApp ਜਾਂ ਤੁਸੀਂ email ਯੂਜ਼ ਕਰਦੇ ਆ ਦੇ ਵੀ ਭਾਜੀ ਮੈਂ ਇੰਨੀ ਪੜ੍ਹੀ ਹੋਣੀ ਨਾ ਗੱਲ ਤਾਂ ਪ੍ਰੋਬਲਮ ਇਤਨਾ ਚੰਗੀ ਨੇ ਤੇ ਮੈਂ ਕਰ ਲਵਾਂਾ ਨਾ ਮੈਂ ਤਾਂ ਹੀ ਤਾਂ ਮੈਂ ਇਹੇ ਗੱਲ ਤੋਂ ਠੀਕ ਆ ਇੱਥੇ ਨੰਬਰ ਤਾਂ ਆ ਗਿਆ ਮੈਂ ਤੁਹਾਨੂੰ ਫੋਨ ਕਰ ਤੁਸੀਂ ਐਡਰੈਸ ਦੇ ਦਿਓ ਮੈਂ ਤੁਹਾਨੂੰ ਸਰ ਮੈਂ ਇਸਾਂ ਇਦਾਂ ਤੁਹਾਨੂੰ ਮਿਲੂਗੀ ਪੋਸਟ ਦੇ ਵਿੱਚ ਆ ਹਾਂਜੀ ਹਾਂ ਇਦਾਂ ਕਰਿਓ ਤੁਸੀਂ ਜਦੋਂ ਨਾ ਫਿਨਿਸ਼ ਹੋ ਜੂਗਾ ਮੈਨੂੰ ਮੜ ਕੇ ਦੱਸ ਦਿਓ ਮੈਂ ਤੁਹਾਨੂੰ ਐਡਰੈਸ ਦੱਸ ਦਵਾਂਗੀ ਹੈ ਨਾ ਬਿਲਕੁਲ ਠੀਕ ਆ ਠੀਕ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਸਾਸਿਕਾ ਹਾਂਜੀ ਸੋ ਅ ਆਪਾਂ ਸੀ ਆਪਾਂ ਗੋਲਡ ਦੇ ਬਾਰੇ ਗੱਲ ਕਰਦੇ ਸੀ ਕਿਦਾਂ ਗੋਲਡ ਦਾ ਆਪਾਂ ਸਾਰਾ ਸੈਟਅਪ ਕਰ ਸਕਦੇ ਸੀ ਤੁਹਾਡੇ ਹਿਸਾਬ ਨਾਲ ਕਿਹੜਾ ਬੈਸਟ ਹੈ ਤਰੀਕਾ ਬੈਸਟ ਹੈ ਜੇ ਬੱਚੇ ਛੋਟੇ ਆ ਜੀ ਤੁਸੀਂ ਪਹਿਲਾਂ ਇਦਾਂ ਡਿਵਾਈਡ ਕਰ ਦੋ ਹਾਂਜੀ ਤਾਂ ਕਿ ਫੇਰ ਬਾਅਦ ਚ ਕੋ ਕਹਿ ਨਹੀਂ ਸਕਦਾ ਯਾ ਜੇ ਜਿਦਾਂ ਬੱਚੇ ਵੱਡੇ ਆ ਤੁਸੀਂ ਹੁਣੇ-ਹੁਣੇ ਦੇ ਸਕਦੇ ਹੂੰ ਹੂੰ ਫਿਰ ਗੈਨ ਫੇ ਕੋਈ ਕਹਿ ਨਹੀਂ ਸਕਦਾ ਯਾ ਜਾਂ ਤੁਸੀਂ ਬੈਗ ਦੇ ਵਿੱਚ ਪਾ ਦੋ ਹੂੰ ਹੂੰ ਜੇ ਤੁਸੀਂ ਫੋਟੋ ਵਾ ਖਿੱਚੇ ਆ ਜੇ ਤੁਸੀਂ ਬਿਲ ਦੇ ਵਿੱਚ ਇਦਾਂ ਲਿਖਣਾ ਫਿਰ ਪ੍ਰੋਸੈਸ ਕਾਫੀ ਲੰਬਾ ਹੋ ਜਾਣਾ ਯਾ ਯਾ ਕਿ ਯੂ ਹੈਵ ਟੂ ਚੂਜ਼ ਆਉਟ ਦ ਕਰੈਕਟ ਥਿੰਗਸ ਯਾ ਯਾ ਫਤਾਨੂੰ ਫੋਟੋ ਖਿੱਚੀ ਪੈਣ ਦਾ ਫੋਟੋ ਦੇ ਪੇਜ ਪ੍ਰਿੰਟ ਕਰਨਾ ਪੈਣਾ ਜੀ ਫਤਾਨੂੰ ਪਿੱਛੇ ਲਿਖਣਾ ਪੈਣਾ ਫਿਰ ਦਾ ਲੰਮਾ ਕਾਫੀ ਪ੍ਰੋਸੈਸ ਦਾ ਹੋ ਜਾਣਾ ਪਰ ਤੁਹਾਨੂੰ ਫਿਰ ਪ੍ਰੋਟੈਕਸ਼ਨ ਵੀ ਮਿਲਦੀ ਆ ਹਮ ਹਮ ਯਾ ਜੇ ਤੁਸੀਂ ਬਿਲ ਦੇ ਵਿੱਚ ਲਿਖਣਾ ਮੈਂ ਤੁਹਾਨੂੰ ਕਹਾਂ ਤੁਸੀਂ ਈਮੇਲ ਤੇ ਤੁਸੀਂ ਮੈਨੂੰ ਪੈਜੋ ਤੁਸ ਫਤਾਨੂੰ ਡਿਸਕ੍ਰਾਈਬ ਕਰਨਾ ਪੈਣਾ ਯਾ ਯਾ ਡਿਸਕ੍ਰਾਈਬ ਕਰਨਾ ਪੈਣਾ ਫਿਰ ਉਹ ਇਹਦਾ ਵੀ ਵੈਲਿਉ ਇੰਦਾ ਕਫ ਇਨਾ ਮੋਟਾ ਹੋ ਜਾਣਾ ਜੀ ਯਾ ਬਟ ਦ ਬੈਸਟ ਵੇ ਇਸ ਟੂ ਸੀ ਬੈਕ ਦੇ ਵਿੱਚ ਪਾਲੋ ਯਾ ਜਦ ਤੁਸੀਂ ਹੋਣ ਦੇਗਾ ਯਾ ਠੀਕ ਆ ਰਾਈਟ ਸੋ ਵੀ ਹੈਵ ਬਟ 4 ਮਿੰਟਸ ਲੈਫਟ ਚਾਰਟ ਕਮੈਂਟ ਰਹਿ ਗਿਆ ਸਾਡੇ ਪ੍ਰੋਗਰਾਮ ਦੇ ਤੇ ਤੁਹਾਡੇ ਹਿਸਾਬ ਨਾਲ ਆਬਵੀਅਸਲੀ ਯੂ نو ਕਈ ਜਿੱਦਾਂ ਡਿਫਰੈਂਟ ਡਿਫਰੈਂਟ ਪ੍ਰੋਸੈਸਸ ਹੁੰਦੇ ਆ ਵੈਲਜ਼ ਦੇ ਮਤਾਬਕ, ٹرسٹ ਦੇ ਮਤਾਬਕ ਕਈ ਚੀਜ਼ਾਂ ਹੁੰਦੀਆਂ। ٹرسٹ ਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਟਰਸਟਾਂ ਦੇ ਵਿੱਚ ਅ ਸਭ ਤੋਂ ਆਬਸਲੀ ਆਪਾਂ ਗੱਲ ਕਰਦੇ ਹਾਂ ਟਰਸਟੀ ਬਣਾਉਣ ਦਾ ਜਾਂ ਪਾਵਰ ਅਟਾਰਨੀ ਬਣਾਉਣ ਦਾ। ਤੁਹਾਡੇ ਹਿਸਾਬ ਨਾਲ ਕਿਹੜਾ ਬੰਦਾ ਰੱਖਣਾ ਚਾਹੀਦਾ ਉਹਨਾਂ ਕੰਮਾਂ ਲਈ? ਅ ਸੋ ਆਹ ਤਾਂ ਪ੍ਰੋਬਲਮ ਸੀ ਇੱਕ ਕਸਟਮਰ ਮੈਂ ਲਾਸਟ ਵੀ ਗੱਲ ਕੀਤੀ ਸੀ ਫੋਨ ਤੇ। ਜੀ। ਉਹ ਕਹਿੰਦੀ ਸੀ ਜੇ ਇੱਕ ਸਾਡੀ ਸ਼ਾਪ ਆ ਉਹ ਅਸੀਂ ਟਰਸਟ ਵਿੱਚ ਪਾਣਾ। ਪਰ ਮੁੰਡਿਆਂ ਦੇਣਾ ਯਾ ਪਰ ਜੇ ਮੁੰਡੇ ਨੂੰ ਖੁਸ਼ ਹੋ ਗਿਆ ਉਹਦੇ ਨਿਆਣੇ ਜਾਊਗਾ ਵਾਈ ਸੋ ਠੀਕ ਆ ਮੈਂ ਕਹਾਂ ਸੀ ਮੁੰਡਿਆਂ ਉਹ ਸ਼ੌਪ ਤਾਂ ਹੁੰਦੀ ਆ ਪਰ ਉਹ ਟਰਸਟੀ ਬਣ ਸਕਦਾ ਰਾਈt ਪਰ ਮੈਂ ਕਹਾਂ ਸੀ ਤੁਹਾਨੂੰ ਇੱਕ ਹੋਰ ਟਰਸਟੀ ਚਾਹੀਦਾ ਯਾ ਫਿਰ ਉਹ ਸੋਚੀ ਸੀ ਕੌਣ ਟਰਸਟੀ ਬਣ ਸਕਦਾ ਹੂੰ ਹੂੰ ਕੌਣ ਟਰਸਟੀ ਬਣ ਸਕਦਾ ਤੇ ਉਹ ਹਾਲੇ ਨੂੰ ਸੋਚਦੇ ਆ ਯਾ ਤਾਂ ਕਿ ਫਿਰ ਉਹ ਉਹਦੀ ਇੱਕ ਭੈਣ ਆ ਉਹਦੇ ਦਾ ਕਾਫੀ ਰਿਸਪੌਂਸਿਬਿਲਟੀ ਆ ਰੈਡੀ ਆ ਹੂੰ ਹੂੰ ਪਰ ਜੇ ਉਹ ਮੁੰਡੇ ਦੇ ਵਾਈਫ ਦਾ ਨਾਮ ਲਿਖਣਾ ਜੀ ਯਾ ਤਾਂ ਕਿ ਉਹ ਡੈਟ੍ਰਸਟੀ ਦਾ ਗੱਲ ਹੈਗੀ ਉਹ ਨਾ ਟਰਸਟੀ ਕਰਦੇ ਯਾ ਫਿਰ অপਸ਼ਨ ਹੈ ਕਿ ਹੋਰ ਕੋਈ ਬਾਹਰਲਾ ਬੰਦਾ ਕਰ ਸਕਦਾ ਜੀ ਤਕੋ ਸਲਿਸਟਰ ਬਾਂਸ ਕਰ ਟਰਸਟੀ ਅ ਅਕਾਊਂਟੈਂਟ ਇਟ ਕੈਨ ਬੀ ਐਨੀਵਨ ਯਾ ਪਰ ਤੁਹਾਨੂੰ ਸੋਚੀ ਕਰਨਾ ਪੈਣਾ ਯਾ ਯਾ ਸੇਮ ਵੀ ਐਗਜ਼ੀਕਿਊਟਡ ਦਾ ਸੋਚ ਕੇ ਤੁਸੀਂ ਦਾ ਨਾਮ ਲਿਖਾਓ ਹਮ ਹਮ ਤਕਿ ਇਜ਼ੀ অপਸ਼ਨ ਹੈਗਾ ਚਲੋ ਨਿਆਣੇ ਕਰਦੇ ਸਾਰਾ ਖੁਸ਼ ਹੈ ਅਸਾਂ ਦੀ ਬੋਲ ਕਾਫਟਰ ਕਰਦੇ ਨਿਆਣੇ ਸਾਰਾ ਖੁਸ਼ ਕਰ ਲੈਣਾ ਪਰ ਰਿਸਪੌਂਸਿਬਿਲਟੀ ਐਗਜ਼ੀਕਿਊਟਰੀ ਡਰਸਤੀ ਬਹੁ ਬਹੁ ਵੱਡੇ ਆ ਬਹੁ ਵੱਡੇ ਫੋਰ ਇਗਜ਼ੈਂਪਲ ਉਹਨਾਂ ਨੇ ਜਿੱਦਾਂ ਕਾਰ ਦੀ ਵੈਲਿਊਏਸ਼ਨ ਲੈਣੀ ਆ ਬੈਂਕ ਦੀ ਸਟੇਟਮੈਂਟ ਤੱਕੇ ਡੈਥ ਦੇ ਟਾਈਮ ਤੇ ਉਹਨੂੰ ਦੇਖਣਾ ਕੀ ਵਾਲੀ ਆ ਸਾਰਾ ਕੁਛ ਆ ਹਾਂਜੀ ਫਿਰ ਉਹਨਾਂ ਨੇ ਗਵਰਨ ਨੂੰ ਭੇਜਣਾ ਐਚਐਮਸੀ ਨੇ ਦੇਖਣਾ ਆ ਤੁਹਾਡਾ ਟੈਕਸ ਦਾ 40% ਆ ਤੁਹਾਡਾ ਬਿੱਲ 80000 ਪਾਉਣ ਯਾ ਫਿਰ ਐਗਜ਼ੀਕਿਊਟਰੀ ਦੇਖਣਾ ਮੇਰੇ ਕਿ 80000 ਪਾਉਣ ਹੈਗੇ ਨੇ ਯਾ ਪਰ ਉਹਨਾਂ ਨੂੰ ਦੇਣੇ ਪੈਣੇ ਆ 30 ਦਿਨ 6 ਮਨਸ ਨਾਲ <laughs> <laughs>

So, definitely sign o will jay yeah. trust power mm -hmm. and funeral plans. Funeral definitely, plans. definitely, definitely, definitely. Yeah. हां चार चीजा चाहिदा so, है हां बिल्कुल जी सो ए ਸਾਡਾ ਪ੍ਰੋਗਰਾਮ ਸੀ ਅੱਜ ਦਾ ਵਿਲਸ ਟ੍ਰਸਟ ਤੇ ਫਿਊਨਰ ਪਲੈਨਿੰਗ ਬਾਰੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਜੇ ਤੁਸੀਂ ਬਾਅਦ ਵਿੱਚ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਅਕਾਲ ਚੰਦ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣਾ ਨੰਬਰ ਛੱਡ ਸਕਦੇ ਹੋ ਜਾਂ ਤਾਂ ਕਿ ਅਸੀਂ ਅੱਗੇ ਜਿਹੜਾ ਦਿੱਦ ਵੀ ਹੈ ਸੋ ਅਖੀਰ ਦੇ ਵਿੱਚ ਆਪਾਂ ਫਤਿਹ ਦੀ ਸਾਂਝ ਪਾਉਂਦਿਆਂ ਰਾਜਵੀਰ ਰਾਜ ਵੀਰ ਜੀ ਦਾ ਧੰਨਵਾਦ ਵੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ